ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਵਸਤ ਸਗਲ ਵਸਤ ਕੋ ਦੇਖ ਕਰ ਸ੍ਰੀ ਗੁਰ ਪਰਮ ਕਿਰਪਾਲ ਮੁਖ ਮੱਖਣ ਕੀ ਦਿਸ਼ਾ ਕਰ ਬੂਜਨ ਕੀ ਨ ਹਵਾਲ ਸਗਲ ਵਸਤ ਕੋ ਦੇਖ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਅੰਤਰਜਾਮੀ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੋ ਰਿਹਾ ਹੈ ਆਓ ਇਸ ਸਮੇਂ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣੀਏ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸਰਵਣ ਕਰਾਏ ਜਾ ਰਹੇ ਸਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਗਟ ਹੋਣ ਤੇ ਜਿਹੜੇ 22 ਮੰჯੀਆਂ ਵਾਲੇ ਧੀਰਮਲ ਸਮੇਤ ਗੁਰੂ ਬਣ ਕੇ ਬੈਠੇ ਹੋਏ ਸਨ ਸਤਗੁਰਾਂ ਦੇ ਪਾਸ ਬਹੁਤਾ ਚੜਾਵਾ ਚੜਨ ਦੀ ਬਹੁਤ ਪੇਟਾਵਾ ਚੜਨ ਦੀ ਖਬਰ ਜਦੋਂ ਉਹਨਾਂ ਨੇ ਆਪਣੇ ਸੁਹੀਆਂ ਪਾਸੋਂ ਸੁਣੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਕੱਠੇ ਹੋ ਕੇ ਧੀਰਮਲ ਪਾਸ ਗਏ ਧੀਰਮਲ ਨੇ ਆਪਣੇ ਸ਼ੀਹ ਮਸੰਦ ਨਾਲ ਜਿਵੇਂ ਸਲਾਹ ਕੀਤੀ ਸੀ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਨੂੰ ਮਾਰਨ ਵਾਸਤੇ ਤੇ ਸਾਜ ਸਮਾਨ ਲੁੱਟ ਕੇ ਲਿਆਉਣ ਵਾਸਤੇ ਸ਼ੇਹ ਮਸੰਦ ਨੂੰ ਆਪਣੇ ਆਦਮੀ ਦੇ ਕੇ ਭੇਜਿਆ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਉੱਪਰ ਗੋਲੀ ਦਾ ਵਾਰ ਸ਼ੇਹ ਮਸੰਦ ਨੇ ਕੀਤਾ ਹੈ ਮਹਾਰਾਜ ਜੀ ਦੇ ਮਸਤਕ ਨਾਲ ਖਹਿ ਕੇ ਗੋਲੀ ਲੰਘ ਗਈ ਸਾਜੋ ਸਮਾਨ ਗੁਰੂ ਘਰ ਦੇ ਵਿੱਚੋਂ ਸਭ ਲੁੱਟ ਕੇ ਲੈ ਗਏ ਸਿੱਖ ਸੰਗਤਾਂ ਵਿੱਚ ਬੜੀ ਹਾਹਾਕਾਰ ਮੱਚੀ ਭਾਈ ਮੱਖਣ ਸ਼ਾਹ ਨੂੰ ਜਾ ਕੇ ਸਿੱਖਾਂ ਨੇ ਦੱਸਿਆ ਭਾਈ ਮੱਖਣ ਸ਼ਾਹ ਜੀ ਆਪਣੇ ਜਵਾਨਾਂ ਦੇ ਸਮੇਤ ਹੋ ਕੇ ਧੀਰਮਲ ਦੇ ਡੇਰੇ ਤਾਵਾ ਬੁੱਲਣ ਲੱਗੇ ਤੀਰਮਲ ਵੱਲੋਂ ਪਾਈ ਮੱਖਣ ਸ਼ਾਹ ਨੂੰ ਆਉਂਦਿਆਂ ਸੁਣ ਕੇ ਆਪਣੀ ਤਿਆਰੀ ਕਰਨ ਦਾ ਪਹਿਲਾਂ ਯਤਨ ਕੀਤਾ ਸੋਚਿਆ ਕਿ ਜਿੰਨੇ ਕੋ ਹਥਿਆਰਬੰਦ ਵਿਅਕਤੀ ਆਪਣੇ ਕੋਲ ਨੇ ਇਹ ਥੋੜੀ ਗਿਣਤੀ ਵਿੱਚ ਨੇ ਜੇ ਆਪਣੀ ਵੱਲੋਂ ਉਹਨਾਂ ਦਾ ਮੁਕਾਬਲਾ ਕਰਨ ਦਾ ਯਤਨ ਅਸੀਂ ਨਿਗੁਣਾ ਯਤਨ ਕੀਤਾ ਤਾਂ ਫਿਰ ਜਿਉਂਦੇ ਨਹੀਂ ਰਹਾਂਗੇ ਸਭ ਮਰ ਜਾਵਾਂਗੇ ਅਨਪਦਾਰਥਤਾ ਫੇਰ ਮਿਲ ਸਕਦਾ ਹੈ ਇਹ ਵਿਚਾਰ ਕੀਤੀ ਇਹਨਾਂ ਨੇ ਸ਼੍ਰੀ ਹਮਸੰਧ ਨੇ ਵੀ ਆਖਿਆ ਕਿ ਹੁਣ ਤਾਂ ਇਹਨਾਂ ਦੀ ਸ਼ਰਣ ਹੀ ਲੈਣੀ ਬਣਦੀ ਆ ਭਾਈ ਮੱਖਣਸ਼ਾਹ ਨੂੰ ਕੋਲ ਆਉਣ ਤੇ ਧੀਰਮਲ ਨੇ ਆਪਣੀ ਵੱਲੋਂ ਰਮਾਉਣ ਦਾ ਯਤਨ ਕੀਤਾ ਕਿ ਕਿਸੇ ਤਰ੍ਹਾਂ ਡਰ ਜਾਵੇ ਗੁਰੂ ਕੀ ਅਨਸਵੰਸ ਮੈਨੂੰ ਸਮਝ ਕੇ ਪਰ ਭਾਈ ਮੱਖਣ ਸ਼ਾਹ ਨੇ ਆਖਿਆ ਕਿ ਤੂੰ ਬਹੁਤ ਇਹ ਖੋਟਾ ਕਰਮ ਕੀਤਾ ਗੁਰੂ ਮਹਾਰਾਜ ਸਾਹਿਬ ਦੇ ਪਰਿਵਾਰ ਕੀਤਾ ਹੈ ਗੁਰੂ ਘਰ ਦਾ ਤਨ ਪਦਾਰਥ ਲੁਟਾ ਕੇ ਲਿਆਂਦਾ ਹੈ ਸਜ਼ਾ ਦੇ ਹੱਕ ਯੋਗ ਹੈ ਤੂੰ ਪਰ ਗੁਰੂ ਮਹਾਰਾਜ ਸਾਹਿਬ ਜੀ ਦੀ ਵੰਸ਼ ਵਿੱਚੋਂ ਹੁਣ ਕਰਕੇ ਤੈਨੂੰ ਛੱਡ ਦਿੱਤਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਰੂਪ ਵੀ ਇਹਨਾਂ ਨੇ ਸੀ ਜੋ ਸਿੱਖ ਦੇ ਸੀਸ ਦੇ ਉੱਪਰ ਸਵਾਰਾ ਕਰਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਵਾਰਾ ਲੈ ਕੇ ਚੱਲ ਪਏ ਸ਼ੀਹੇ ਮਸੰਦ ਨੂੰ ਬਣਵਾ ਲਿਆ ਭਾਈ ਮੱਖਣ ਸ਼ਾਹ ਨੇ ਇਸ ਤਰ੍ਹਾਂ ਬਨ ਕੇ ਸਾਰਾ ਸਾਜੋ ਸਮਾਨ ਪੰਡਾ ਬਨ ਕੇ ਲੈ ਗਏ ਜਿਵੇਂ ਧੀਰਮਲ ਨੇ ਸ਼ੀਹੇ ਮਤਸੰਦ ਕੋਲੋਂ ਸਮਾਨ ਮੰਗਵਾਇਆ ਸੀ ਲुटਵਾਇਆ ਸੀ ਇਸੇ ਤਰ੍ਹਾਂ ਇਸ ਦੇ ਡੇਰਿਓਂ ਖੋ ਕੇ ਭਾਈ ਮੱਖਣ ਸ਼ਾਹ ਸਮਾਨ ਸਾਰਾ ਲੈ ਚੱਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਕਰ ਦੇ ਵਿੱਚ ਜਾ ਰੱਖਿਆ ਸਤਿਗੁਰੂ ਸਚੇ ਪਾਤਸ਼ਾਹ ਸਬਾਏ ਮਾਨ ਨੇ ਜਿੱਥੇ ਮਹਾਰਾਜ ਦੇ ਦਰਸ਼ਨ ਭਾਈ ਮੱਖਣ ਸ਼ਾਹ ਨੇ ਕੀਤੇ ਵਿਸਥਾਰ ਸਹਿਤ ਪਿੱਛੇ ਪ੍ਰਸੰਗ ਸਰਵਣ ਕਰਾਇਆ ਗਿਆ ਹੈ ਅਗੇ ਜਿਵੇਂ ਕਥਾ ਆ ਰਹੀ ਹੈ ਆਓ ਪ੍ਰੇਮ ਸਰਦਾ ਭਾਵਨਾ ਸਹਿਤ ਸਤਿਗੁਰੂ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਧਿਆਨ ਕਰਦਿਆ ਹੋਇਆ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਗਲ ਵਸਤ ਕੋ ਦੇਖ ਕਰ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਭਾਈ ਮੱਖਣ ਸ਼ਾਹ ਨੂੰ ਪਾਸ ਆਇਆ ਵੇਖਿਆ ਹੈ ਕਿ ਸਭ ਵਸਤੂਆਂ ਇਹ ਲੈ ਕੇ ਪਹੁੰਚਿਆ ਹੈ ਵੇਖੀਆਂ ਹਨ ਮਹਾਰਾਜ ਸਾਹਿਬ ਨੇ ਵਸਤੂਆਂ ਸ਼੍ਰੀ ਗੁਰੂ ਪਰਮ ਕਿਰਪਾਲ ਬਹੁਤ ਵੱਡੇ ਕਿਰਪਾਲੂ ਹਨ ਜੋ ਮਹਾਨ ਸਤਿਗੁਰੂ ਮਹਾਰਾਜ ਜੀ ਮੁਖ ਮੱਖਣ ਕੀ ਦਿਸ਼ਾ ਕਰ ਸਤਿਗੁਰੂ ਜੀ ਨੇ ਆਪਣਾ ਮੁਖ ਭਾਈ ਮੱਖਣ ਸ਼ਾਹ ਵੱਲ ਕੀਤਾ ਹੈ ਬਚਨ ਕਰਨ ਵਾਸਤੇ ਭੂਜਨ ਕੀਨ ਹਵਾਲ ਤੇ ਸਾਰਾ ਹਾਲ ਇਸ ਭਾਈ ਮੱਖਣ ਸ਼ਾਹ ਪਾਸੋਂ ਪੁੱਛਣਾ ਕਰਦੇ ਹਨ ਸਤਿਗੁਰੂ ਜੀ ਜਾਪਈ ਸਭ ਵਸਤੂ ਕੈਸੀ ਇਹ ਲਿਆਏ ਆਖਦੇ ਹਨ ਕਿ ਭਾਈ ਮੱਖਣ ਸ਼ਾ ਤੂੰ ਸਭ ਵਸਤੂ ਆ ਕਿਸ ਤਰ੍ਹਾਂ ਇਹ ਲੈ ਕੇ ਆਇਆ ਹੈ ਕਰਹਿ ਰੌਰ ਕਿਉਂ ਨਰ ਸਮਦਾਏ ਤੇ ਬਹੁਤ ਸਾਰੇ ਜੋ ਲੋਕ ਵੀ ਤੇਰੇ ਨਾਲ ਆਏ ਹਨ ਉਹਨਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਇਸ ਤਰ੍ਹਾਂ ਦਾ ਰੌਲਾ ਕਿਉਂ ਪੈ ਰਿਹਾ ਹੈ ਤੈਂ ਅਬ ਸੰਝ ਪਈ ਕਿਮ ਆਵਾ ਇਹ ਸ਼ਾਮ ਦਾ ਸਮਾਂ ਹੋਇਆ ਇਸ ਵੇਲੇ ਕਿਸ ਤਰ੍ਹਾਂ ਪਹੁੰਚਿਆ ਦੱਸ ਆਯੁਧ ਬੰਦੇ ਮੁਖ ਦਰਸਾਵਾ ਤੇ ਇਸ ਤਰ੍ਹਾਂ ਤੂੰ ਸ਼ਸ਼ਤਰ ਧਾਰੀ ਹੋ ਕੇ ਆਇਆ ਹੈ ਤੇ ਆਪਣਾ ਮੂੰਹ ਆਣ ਵਿਖਾਇਆ ਸਾਨੂੰ ਸੁਣ ਮਖਣ ਹਰਖੰਤ ਬਖਾਨਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਕੁਛਣ ਦੇ ਬਚਨ ਸੁਣ ਕਰਕੇ ਖੁਸ਼ ਹੋ ਕੇ ਭਾਈ ਮੱਖਣ ਸ਼ਾ ਕਹਿਣ ਲੱਗਾ ਹੈ ਜਿੰਤਮਰੋ ਕੀਨਸ અપਮਾਨਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਲੋਕਾਂ ਨੇ ਤੁਹਾਡਾ અપਮਾਨ ਨਿਰਾਦਰ ਕੀਤਾ ਮਹਾ ਮੰਦ ਮਤ ਨਿੰਦਕ ਪਾਪੀ ਉਹ ਬਹੁਤ ਵੱਡੇ ਨਿੰਦਕ ਪਾਪੀ ਮੰਦੀ ਮਤ ਵਾਲੇ ਜੋ ਹਨ ਦੁਸ਼ਟ ਦੁਰਾਮਤ ਦੁੱਖ ਸੰਤਾਪੀ ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀਓ ਦੁਸ਼ਟ ਦੁਸ਼ਟ ਦੁਰਾਤਮ ਦੁਖ ਸੰਤਾਪੀ ਸੋ ਉਹ ਦੁਸ਼ਟ ਸੁਭਾਅ ਵਾਲੇ ਹਨ ਦੁਰਾਤਮ ਖੋਟੇ ਮਨ ਵਾਲੇ ਤੇ ਲੋਕਾਂ ਨੂੰ ਦੁਖੀ ਕਰਨ ਵਾਲੇ ਤੇ ਸੰਤਾਪ ਕਲੇਸ਼ ਦੇ ਸਹਿਤ ਲੋਕਾਂ ਨੂੰ ਕਰਨ ਵਾਲੇ ਲੋਕ ਹਨ ਤਿਸਮ ਸੰਦ ਕੋ ਬੰਧਨ ਕਰਿਓ ਇਹੋ ਜਿਹੇ ਸੁਭਾਅ ਵਾਲੇ ਜਿਹੜੇ ਦੁਸ਼ਟ ਲੋਕ ਹੈ ਉਹਨਾਂ ਵਿੱਚੋਂ ਜਿਹੜਾ ਬਹੁਤ ਵੱਡਾ ਦੁਸ਼ਟ ਹੈ ਨਾ ਜੋ ਐ ਸ਼ੀਹਾ ਮਸੰਦ ਜਿਸ ਦਾ ਨਾਮ ਹੈ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅਸੀਂ ਫੜ ਕੇ ਲਿਆਂਦਾ ਧੀਰਮਲ ਦੇ ਕੋਲ ਨ ਹਰਿਓ ਬਨ ਕੇ ਉਸ ਨੂੰ ਲਿਆਂਦਾ ਹੈ ਜਿਹੜਾ ਧੀਰਮਲ ਦੇ ਪਾਸ ਇਹ ਸ਼ੀਹਾ ਮਸੰਦ ਰਹਿੰਦਾ ਸੀ ਪਰ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਧੀਰਮਲ ਦੇ ਕੋਲ ਹੀ ਇਸ ਸ਼ੀਹੇ ਮਸੰਦ ਨੂੰ ਅਸੀਂ ਨਹੀਂ ਮਾਰਿਆ ਵਸਤ ਤੇ ਤੁਮਾਰੀ ਲੂਟ ਜਲੀਨਸ ਜੋ ਤੁਹਾਡੀਆਂ ਵਸਤੂਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਇਹਨਾਂ ਲੋਕਾਂ ਨੇ ਲੁੱਟ ਲਈਆਂ ਸਨ ਤਿੰਦ ਤੇ ਮੈਂ ਛੀਨਸ ਦੁਖ ਦੀਨਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਮੈਂ ਇਸ ਤਰ੍ਹਾਂ ਉਹਨਾਂ ਦੇ ਕੋਲੋਂ ਉਹਨਾਂ ਦੇ ਡੇਰਿਓਂ ਜਿਹੜੀਆਂ ਵਸਤੂਆਂ ਉਹ ਸੁਖ ਪ੍ਰਾਪਤ ਕਰਨ ਵਾਸਤੇ ਲੈ ਕੇ ਗਏ ਸਨ ਸਭ ਵਸਤੂਆਂ ਦੁਬਾਰਾ ਉਹਨਾਂ ਦੇ ਪਾਸੋਂ ਉਹਨਾਂ ਦੇ ਡੇਰਿਓਂ ਚੁੱਕ ਲਿਆਦੀਆ ਇਵੇਂ ਉਹਨਾਂ ਨੂੰ ਬਹੁਤ ਦੁੱਖ ਲੱਗਿਆ ਰਾਵਰ ਕੋ ਅਪਰਾਧੀ ਆਨਿਓ ਮਹਾਰਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਘਰ ਦਰ ਦਾ ਜਿਹੜਾ ਗੁਨਾਹਾਰ ਐ ਵੱਡਾ ਜੋ ਦੋਸ਼ੀ ਐ ਸਿੰਘਾਂ ਮਸੰਦ ਮੈਂ ਫੜ ਕੇ ਬੰਨ ਕੇ ਲਿਆਂਦਾ ਤੁਹਾਡੇ ਪਾਸ ਜਿਸਨੇ ਆਏ ਕੋ ਕਰਮ ਕਮਾਨਿਓ ਜਿਸਨੇ ਸਤਗੁਰੂ ਸੱਚੇ ਪਾਤਸ਼ਾਹ ਜੀਓ ਇੱਥੇ ਆ ਕੇ ਆਪ ਜੀ ਦੀ ਨਿਰਾਦਰੀ ਕਰਨ ਦਾ ਖੋਟਾ ਕਰਮ ਕੀਤਾ ਸੀ ਗੁਰ ਕੋਲ ਤੇ ਉਪਜਿਓ ਲਖ ਕਰਕੇ ਤੇ ਗੁਰੂ ਘਰ ਦੀ ਅੰਸਵੰਸ ਵਿੱਚੋਂ ਪੈਦਾ ਹੋਇਆ ਧੀਰਮਲ ਨੂੰ ਜਾਣ ਕੇ ਹਤਿਓ ਨ ਧੀਰਮਲ ਹਮ ਧਰਕੈ ਮਹਾਰਾਜ ਜੀ ਫੜ ਕੇ ਉਸ ਧੀਰਮਲ ਨੂੰ ਅਸੀਂ ਨਹੀਂ ਮਾਰਿਆ ਮੁਝ ਦੇਖਤ ਅਪਰਾਧ ਤੁਮਾਰੋ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਉੱਪਰ ਜੋ ਨਿਰਾਦਰੀ ਵਾਲੇ ਕਰਮ ਇਹਨਾਂ ਲੋਕਾਂ ਨੇ ਕੀਤੇ ਹਨ ਮੇਰੇ ਵੇਖਦਿਆ ਹੋਇਆ ਕੋਈ ਜੇ ਕਰੇ ਦੁਰਾਤਮ ਭਾਰੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਮੈਂ ਕਿਵੇਂ ਝਰ ਸਕਦਾ ਸੀ ਕੋਈ ਵੀ ਖੋਟੇ ਮਨ ਵਾਲਾ ਜੇਕਰ ਆ ਕੇ ਗੁਰੂ ਘਰ ਦੀ ਨਿਰਾਦਰੀ ਕਰੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਪ੍ਰੇਮ ਵਾਲਾ ਸਿੱਖ ਕਿਹਾ ਜਾਂਦਾ ਹਾਂ ਇਸ ਕਰਕੇ ਮੈਂ ਕਿਵੇਂ ਸਹਾਰ ਸਕਦਾ ਸੀ ਤੁਹਾਡੀ ਨਿਰਾਦਰੀ ਐਸੇ ਸ਼ਸਤਰ ਪ੍ਰਹਾਰਨ ਕਰਾਂ ਆਪ ਜੀ ਦੀ ਬੇਅਦਬੀ ਨਹੀਂ ਮੈਂ ਝਰ ਸਕਦਾ ਇਸ ਕਰਕੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜਿਹੜੇ ਆਪ ਜੀ ਦੇ ਘਰ ਦਰ ਦੀ ਨਿਰਾਦਰੀ ਬੇਅਦਬੀ ਕਰਨ ਵਾਲੇ ਹਨ ਉਹਨਾਂ ਨੂੰ ਇਸ ਪ੍ਰਕਾਰ ਮੈਂ ਆਪਣੇ ਸ਼ਸਤਰਾਂ ਦੇ ਬਾਧ ਕਰਕੇ ਨਾਸ ਕਰਨ ਵਾਲਾ ਹਾਂ ਮਾਰਨ ਕਰਾਂ ਕਿ ਲੜ ਕੇ ਮਰਾਂ ਤੇ ਐਸੇ ਸ਼ਸਤਰਾਂ ਦੇ ਬਾਹ ਉਹਨਾਂ ਦੇ ਉੱਪਰ ਕਰਾਂ ਜਾਂ ਉਹਨਾਂ ਨੂੰ ਮਾਰ ਦੇਵਾਂ ਤੇ ਜੇਕਰ ਉਹ ਮਾਰੇ ਨਾ ਜਾਣ ਮੇਰੇ ਕੋਲੋਂ ਤਾਂ ਉਹਨਾਂ ਦੇ ਨਾਲ ਲੜ ਕੇ ਮੈਂ ਆਪ ਵੀ ਭਾਵੇਂ ਸ਼ਹੀਦ ਹੋ ਜਾਵਾਂ ਤਾਂ ਵੀ ਕੋਈ ਗੱਲ ਨਹੀਂ ਸੁੱਧ ਪਹੰਚੀ ਜਬ ਹੀ ਮੁਝ ਡੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਉੱਪਰ ਧੀਰਮਲ ਵੱਲੋਂ ਸ਼ੇਹ ਮਸੰਦ ਰਾਹੀ ਬਾਰ ਕੀਤਾ ਗਿਆ ਗੁਰੂ ਘਰ ਦਾ ਸਾਜ ਉਸਮਾਨ ਲੁੱਟਿਆ ਗਿਆ ਜੋ ਤੁਹਾਡੇ ਘਰ ਦੀਆਂ ਇਸ ਤਰ੍ਹਾਂ ਵਸਤੂਆਂ ਚੁੱਕ ਕੇ ਮਹਾਰਾਜ ਉਹ ਧੀਰਮਲ ਆਪਣੇ ਡੇਰੇ ਲੈ ਗਿਆ ਆਪ ਜੀ ਦੇ ਸਿੱਖਾਂ ਨੂੰ ਸਿੱਖਾਂ ਨੇ ਜਦੋਂ ਮੈਨੂੰ ਜਾ ਕੇ ਖਬਰ ਦਿੱਤੀ ਹੈ ਤਬਹੈ ਦੌਰ ਮੈਂ ਆਏ ਅਦੇਰੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਦੇਰੀ ਤੋਂ ਛੇਤੀ ਹੀ ਦੌੜ ਕੇ ਮੈਂ ਉਹਨਾਂ ਆਪ ਹੁਦਰੇ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਆਇਆ ਤੀਰਮਲ ਕੋ ਦੋਸ਼ ਬਡੇਰਾ ਸਤਿਗੁਰੂ ਸਚੇ ਪਾਤਸ਼ਾਹ ਜੀਓ ਤੀਰਮਲ ਦਾ ਬਹੁਤ ਵੱਡਾ ਦੋਸ਼ ਹੈ ਆਪ ਜੀ ਦੀ ਨਿਰਾਦਰ ਕਰਨ ਵਿੱਚ ਮੈਂ ਇਹ ਮਲਖ ਕੈ ਲੂਟਿਓ ਡੇਰਾ ਤੇ ਇਸ ਤਰ੍ਹਾਂ ਮੈਂ ਜਾਣ ਕੇ ਕਿ ਤੀਰਮਲ ਵੱਡਾ ਦੋਸ਼ੀ ਹੈ ਕਿਉਂਕਿ ਇਸ ਨੇ ਆਪਣਾ ਸ਼ੀਹਾ ਮਸੰਦ ਭੇਜ ਕੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀ ਚਲਾਈ ਹੈ ਨਾਲੇ ਮੇਰੇ ਵੱਲੋਂ ਔਰ ਸੰਗਤਾ ਵੱਲੋਂ ਭੇਟਾ ਕੀਤਾ ਹੋਇਆ ਧਨ ਸਭ ਲੁੱਟ ਕੇ ਧੀਰਮਲ ਦੇ ਡੇਰੇ ਲੈ ਗਿਆ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਮੈਂ ਉਹਨਾਂ ਦੇ ਡੇਰਿਓਂ ਸਮਾਨ ਲੈ ਕੇ ਆਇਆ ਹਾਂ ਆਨੀ ਸਗਰੀ ਵਸਤ ਤੁਮਾਰੀ ਜੋ ਤੁਹਾਡੀਆਂ ਸਭ ਵਸਤੂਆਂ ਹਨ ਮਹਾਰਾਜ ਜੀ ਉਹਨਾਂ ਦੇ ਡੇਰਿਓਂ ਸਭ ਚੁੱਕ ਕੇ ਲੈ ਆਇਆ ਹਾਂ ਆਰਤਨ ਕੀ ਛੀਨਸ ਗਹਿ ਸਾਰੀ ਤੇ ਹੋਰ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਉਸ ਡੇਰੇ ਦੇ ਵਿੱਚ ਜਿਹੜੀਆਂ ਬਹੁਤ ਵਸਤੂਆ ਸੰਗਤਾਂ ਨੂੰ ਪਰਮਾ ਕੇ ਸੰਗਤਾਂ ਦੇ ਪਾਸੋਂ ਆਪਣੇ ਪਾਸ ਚੜਵਾਈਆਂ ਹੋਈਆਂ ਸਨ ਮਸੰਦਾ ਰਾਹੀ ਜੋ ਸੰਗਤਾਂ ਨੂੰ ਪ੍ਰੇਰ ਕੇ ਉਹ ਵੀ ਮਹਾਰਾਜ ਸਭ ਵਸਤੂਆ ਮੈਂ ਇਕੱਠੀਆਂ ਕਰਕੇ ਤੁਹਾਡੇ ਪਾਸ ਲਿਆਂਦੀਆਂ ਆਪ ਸਕਲ ਸੰਭਾਲੋ ਭਲੇ ਮਹਾਰਾਜ ਜੀ ਭਲੇ ਤਰੀਕੇ ਨਾਲ ਆਪ ਜੀ ਆਪਣੇ ਇਸ ਘਰ ਵਿਖੇ ਇਹ ਸਾਰਾ ਸਾਜੋ ਸਮਾਨ ਸੰਭਾਲ ਲਵੋ ਕਰਹਿ ਅਨਾਦਰ ਰਿਪ ਨਿਰਬਲੇ ਤੇ ਜਿਹੜੇ ਅਨਾਦਰ ਕਰਦੇ ਬੇਅਦਬੀ ਕਰਦੇ ਸਨ ਆਪ ਜੀ ਦੀ ਉਹ ਜਿਹੜੇ ਤੁਹਾਡੇ ਨਾਲ ਬੈਦ ਕਰਨ ਵਾਲੇ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਬਲ ਦਿਖਾ ਕੇ ਮੈਂ ਉਹਨਾਂ ਨੂੰ ਨਿਰਬਲ ਕਮਜ਼ੋਰ ਕੀਤਾ ਹੈ ਆਨ ਸਦਨ ਮਹਿ ਸਰਬ ਸੋ ਲੀਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੜ ਕੇ 시ਹੇ ਮਸੰਦ ਨੂੰ ਮੈਂ ਲਿਆਂਦਾ ਔਰ ਜਿਹੜਾ ਇਹ ਸਾਜੋ ਸਮਾਨ ਲੈ ਕੇ ਆਪਣੇ ਡੇਰੇ ਗਏ ਸਨ ਉਹ ਸਭ ਸਮਾਨ ਲਿਆ ਕੇ ਆਪ ਜੀ ਦੇ ਇਸ ਘਰ ਵਿੱਚ ਰੱਖਿਆ ਤਿੰਨ ਕੋ ਕੁਛ ਅਪਕਾਰ ਨ ਕੀਨਾ ਮਹਾਰਾਜ ਜੀ ਤੁਸਾਂ ਤਾਂ ਉਹਨਾਂ ਦਾ ਕੋਈ ਬੁਰਾ ਨਹੀਂ ਸੀ ਨ ਕੀਤਾ ਬਿਨ ਕਾਰਨ ਤੇ ਕੀ ਅਪਰਾਧੇ ਬਿਨਾ ਕਾਰਨ ਤੋਂ ਉਹਨਾਂ ਨੇ ਏ ਤੁਹਾਡੇ ਉੱਪਰ ਗੋਲੀ ਚਲਾਉਣ ਦਾ ਤੇ ਗੁਰੂ ਘਰ ਦੇ ਵਿੱਚੋਂ ਸਾਜ ਸਮਾਨ ਲੁੱਟ ਕੇ ਲੈ ਜਾਣ ਦਾ ਗੁਨਾਹ ਕੀਤਾ ਹੈ ਜਾਂ ਤੇ ਮੈਂ ਆਨਿਓ ਤੇ ਸਬੰਦੇ ਇਸ ਲਈ ਮਹਾਰਾਜ ਸਿੰਘ ਮਸੰਦ ਨੂੰ ਬੰਨ ਕੇ ਲਿਆਂਦਾ ਜੇ ਤੁਹਾਡੇ ਪਾਸ ਜਬ ਹੈ ਦੁਸ਼ਟ ਤੁਮਰੇ ਘਰ ਆਏ ਜਿਸ ਵੇਲੇ ਇਹ ਦੁਸ਼ਟ ਲੋਕ ਤੁਹਾਡੇ ਘਰ ਵਿੱਚ ਤੁਹਾਡੇ ਉੱਪਰ ਬਾਹਰ ਕਰਨ ਵਾਸਤੇ ਸਮਾਨ ਲੁੱਟਣ ਵਾਸਤੇ ਆਏ ਸਨ ਮੋਰ ਟੇਗ ਕਿਉਂ ਨਹਿ ਸੁਧ ਪਹੁੰਚਾਏ ਸੱਚੇ ਬਾਦਸ਼ਾ ਉਸ ਵੇਲੇ ਆਪ ਜੀ ਨੇ ਮੇਰੇ ਪਾਸ ਕਿਉਂ ਨਹੀਂ ਸੀ ਖਬਰ ਭੇਜੀ ਸਿੱਖ ਭੇਜ ਕੇ ਸਭ ਕੋ ਤਤਛਨ ਬੰਧਨ ਕਰ ਤੋ ਸਤਗੁਰੂ ਸੱਚੇ ਬਾਦਸ਼ਾ ਜਦੋਂ ਧੀਰਮਲ ਨੇ ਸ਼ਹੀਹ ਮਸੰਦ ਨੂੰ ਭੇਜਿਆ ਸੀ ਸ਼ਹੀਹ ਮਸੰਦ ਆਜ ਆਪ ਜੀ ਉੱਪਰ ਗੋਲੀ ਚਲਾਉਣ ਆਇਆ ਸਮਾਨ ਲੁੱਟਣ ਆਇਆ ਉਸ ਵੇਲੇ ਜੇ ਮਹਾਰਾਜ ਤੁਸੀਂ ਸਿੱਖ ਭੇਜ ਕੇ ਮੈਨੂੰ ਸਦ ਲਿੰਦੇ ਤਾਂ ਮੈਂ ਇਹਨਾਂ ਨੂੰ ਉਸੇ ਵੇਲੇ ਸਭ ਨੂੰ ਬੰਨ ਲੈਂਦਾ ਕਰਤ ਸ਼ਸਤਰ ਜੇ ਪ੍ਰਾਨ ਪ੍ਰਹਰਤੋ ਮੈਂ ਸ਼ਸਤਰਾਂ ਦੇ ਬਾਧ ਕਰਕੇ ਇਹਨਾਂ ਦੇ ਪ੍ਰਾਣਾਂ ਦਾ ਅੰਤ ਕਰ ਦਿੰਦਾ ਉਸ ਵੇਲੇ ਹੀ ਆਪਣੀ ਵਸਤ ਦਰਭ ਯਤ ਲੀਜੈ ਮਹਾਰਾਜ ਜੀ ਇਸ ਕਰਕੇ ਆਪਣੀਆਂ ਇਹ ਸਭ ਵਸਤੂਆਂ ਤਨ ਦੇ ਸਮੇਤ ਆਪ ਕਿਰਪਾ ਕਰਕੇ ਰੱਖ ਲਵੋ ਆਪਣੇ ਪਾਸ ਤਿਨ ਕੀ ਆਨੀ ਰੱਖਣ ਕੀਜੈ ਤੇ ਜੋ ਉਹਨਾਂ ਦੀਆਂ ਵਸਤੂਆਂ ਲਿਆਂਦੀਆਂ ਕਿਉਂਕਿ ਉਹਨਾਂ ਦੇ ਪਾਸ ਵੀ ਗੁਰੂ ਘਰ ਦੀਆਂ ਸੰਗਤਾਂ ਨਹੀਂ ਭੇਟ ਆਮ ਅਰਪਣ ਕੀਤੀਆਂ ਸਨ ਇਸ ਲਈ ਉਹਨਾਂ ਦੇ ਡੇਰਿਓਂ ਜੋ ਵਸਤੂਆਂ ਲਿਆਂਦੀਆਂ ਉਹ ਵੀ ਰੱਖ ਲਓ ਪੁਣ ਅੱਗੇ ਜੇ ਹੋਏ ਮਤਵਾਨਾ ਤੇ ਫਿਰ ਅੱਗੇ ਵਾਸਤੇ ਜੇ ਕਰ ਜਿਨ੍ਹਾਂ ਦੇ ਧੀਰਮਲ ਦੇ ਜੋ ਡੇਰਿਓਂ ਸਮਾਨ ਲਿਆਂਦਾ ਏ ਔਰ ਐਸੀਆਂ ਮਸੰਦ ਫੜ ਕੇ ਲਿਆਂਦਾ ਜੇ ਇਹ ਲੋਕ ਸਿਆਣੇ ਹੋਣਗੇ ਕਬ ਨਾ ਕਰਹਿ ਕੋਈ અપਮਾਨ ਆਮ ਫਿਰ ਕਦੇ ਵਾਸਤੇ ਵੀ ਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦੇ ਘਰ ਦਾ ਨਿਰਾਦਰ અપਮਾਨ ਨਹੀਂ ਕਰਨਗੇ ਸੁਣ ਸਤ ਗੁਰ ਕਹਿ ਬਾਖ ਪਰਬੀਨਾ ਭਾਈ ਮੱਖਣ ਸ਼ਾਹ ਜੀ ਤੋਂ ਸੁਣ ਕੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਸ਼ੁਭ ਗੁਣਾਂ ਦੇ ਦਾਤੇ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਵਿਚਾਰ ਔਰ ਸ਼ੀਲ ਸੁਭਾਅ ਮਹਾਰਾਜ ਸਾਹਿਬ ਬਖਸ਼ਣ ਵਾਲੇ ਆਪ ਧੀਰਜ ਦੇ ਸਹਿਤ ਅੰਤਰਜਾਮੀ ਸਤਿਗੁਰੂ ਜੀ ਬਚਨ ਸੁਣਾਉਣ ਲੱਗੇ ਹਨ ਮੱਖਣ ਸ਼ਾਹ ਕਹਾਂ ਤੈ ਕੀਨਾ ਬਚਨ ਕਰਦੇ ਨੇ ਸਤਿਗੁਰੂ ਜੀ ਮੱਖਣ ਸ਼ਾਹ ਕਿ ਇਹ ਤੂੰ ਕੀ ਕੰਮ ਕੀਤਾ ਹੈ ਕਾਮ ਕ੍ਰੋਧ ਕੇ ਬਸ ਹੈ ਸੋਈ ਤੇ ਉਹ ਜਿਹੜੇ ਲੋਕ ਹਨ ਜਿੰਦਾਂ ਨੇ ਸਾਡੇ ਉੱਪਰ ਵਾਰ ਕੀਤਾ ਏ ਔਰ ਸਮਾਨ ਇਥੋਂ ਲੁੱਟਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੇ ਅਧੀਨ ਹਨ ਆਨ ਕੋ ਕਰਮ ਕਰਿਓ ਤិន ਜੋਈ ਤੇ ਜਿੰਦਾ ਨੇ ਇਹ ਕੋ ਕਰਮ ਕੀਤਾ ਇਹਦਾ ਗੁਰੂ ਘਰ ਦੇ ਵਿੱਚੋਂ ਚੜਾਵਾ ਚੁੱਕ ਕੇ ਲਿਜਾਣ ਦਾ ਜੋ ਵੇਖਿਆ ਗਿਆ ਹਮ ਤិន ਸਮਨ ਹੈ ਕਰਬੋ ਚਾਹੈ ਉਹਨਾ ਮਾਰਗਾ ਅਸੀਂ ਸੁਭਾ ਨਹੀਂ ਅਪਣਵਣਾ ਉਹਨਾ ਮੰਗ ਅਸੀਂ ਨਹੀਂ ਕਰਨਾ ਚਾਹੁੰਦੇ ਭਾਈ ਮੱਖਣ ਸ਼ਾ ਜਾਨਹਿ ਮਹਾ ਦੋਸ਼ ਤਿਸਮਾ ਹੈ ਤੇ ਉਹਨਾ ਵਿੱਚ ਅਸੀਂ ਬਹੁਤ ਵੱਡਾ ਦੋਸ਼ ਸਮਝਦੇ ਹਾਂ ਜਨਮ ਮਰਨ ਜਗ ਬਾਰੰਗ ਬਾਰੀ ਉਹਨਾਂ ਮੰਗ ਅਸੀਂ ਨਹੀਂ ਕਰਨਾ ਇਸ ਵਿੱਚ ਬਹੁਤ ਵੱਡਾ ਦੋਸ਼ ਮੰਨਿਆ ਜਾਂਦਾ ਹੈ ਜਿਹੜੇ ਇਸ ਤਰ੍ਹਾਂ ਕਰਦੇ ਹਨ ਪਦਾਰਥਾਂ ਦਾ ਲੋਭ ਲਾਲਚ ਕਰਦੇ ਆ ਉਹਨਾਂ ਨੂੰ ਸੰਸਾਰ ਦੇ ਵਿੱਚ ਜਨਮ ਮਰਨ ਦੇ ਗੇੜਿਆਂ ਵਿੱਚ ਪੈਣਾ ਪੈਂਦਾ ਵਾਰ-ਵਾਰ ਦੇਤ ਕਾਮਨਾ ਹੋਏ ਨਾ ਉਬਾਰੀ ਤੇ ਜਿਹੜੇ ਕਾਮਨਾ ਰੱਖਦੇ ਹਨ ਨਾ ਪਦਾਰਥਾਂ ਦੀ ਆਪਣੇ ਮਨ ਵਿੱਚ ਹੋਰ ਦੂਸਰਿਆਂ ਦੇ ਪਦਾਰਥ ਹੜਪਣ ਦਾ ਯਤਨ ਕਰਦੇ ਹਨ ਸੋ ਇਸੇ ਕਾਮਨਾ ਇਸ ਬਾਸ਼ਨਾ ਕਰਕੇ ਹੀ ਵਾਰ-ਵਾਰ ਜਨਮ ਮਰਨ ਦੇ ਵਿੱਚ ਪੈਣਾ ਪੈਂਦਾ ਕਾਮ ਮੂਲ ਹੈ ਸਕਲ ਵਿਕਾਰੈ ਜਿਸ ਕਰਕੇ ਬਚਾ ਨਹੀਂ ਮਨੁੱਖ ਦਾ ਹੋ ਸਕਦਾ ਇਹ ਜੋ ਕਾਮਨਾ ਹੈ ਨਾ ਇਹੋ ਹੀ ਜੜ ਹੈ ਸਰ ਵਿਕਾਰਾਂ ਦੀ ਕਾਮ વિનાਸ਼ ਹੈ ਸੁਮਤ ਵਿਚਾਰੈ ਜਿਹੜੇ ਸ਼੍ਰੇਸ਼ਟ ਮਤ ਵਾਲੇ ਹਨ ਇਸ ਲਈ ਉਹ ਵਿਚਾਰ ਕਰਕੇ ਆਪਣੇ ਹਿਰਦੇ ਦੇ ਵਿੱਚ ਜਿਹੜੀਆਂ ਕਾਮਨਾਵਾਂ ਹਨ ਉਹ ਦੂਰ ਕਰ ਲੈਂਦੇ ਹਨ ਪੁਨ ਇਹ ਬਿਨਾ ਉਪਾਏ ਨ ਸੰਤੇ ਤੇ ਜੇਕਰ ਕਾਮਨਾ ਨੂੰ ਖਤਮ ਕਰ ਲਵੇ ਹਿਰਦੇ ਵਿੱਚੋਂ ਜੋ ਪਦਾਰਥਾਂ ਦੀ ਕਾਮਨਾ ਨਾ ਬਣਾਈ ਰੱਖੇ ਤਾਂ ਫਿਰ ਜਿਹੜੇ ਹੋਰ ਦੂਸਰੇ ਵਿਕਾਰ ਹਨ ਉਹ ਸਭ ਬਿਨਾਂ ਯਤਨ ਤੋਂ ਹੀ ਨਾਸ਼ ਹੋ ਜਾਂਦੇ ਨੇ ਜਨਮ ਮਰਨ ਜੋ ਦੇਤ ਅਨੰਤੇ ਜਿਹੜੇ ਜਨਮ ਮਰਨ ਦੇ ਦੇਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰ ਹਨ ਉਹ ਪੈਦਾ ਹੋਣ ਵਾਲੇ ਜਿਹੜੇ ਬੇਅੰਤ ਹੀ ਜਨਮਾਂ ਦੇ ਵਿੱਚ ਜਨਮ ਮਰਨ ਦੇ ਔਵਾਗੌਣਾਂ ਦੇ ਵਿੱਚ ਪਾਉਣ ਵਾਲੇ ਉਹ ਸਭ ਨਾਸ ਹੋ ਜਾਂਦੇ ਹਨ ਵਿਕਾਰ ਤੂੰ ਸਤ ਗੁਰ ਕੋ ਸਿੱਖਿਆ ਮਹਾਨਾ ਭਾਈ ਮੱਖਣ ਸ਼ਾ ਤੂੰ ਗੁਰੂ ਘਰ ਦਾ ਮਹਾਨ ਸੇਵਕ ਜੋ ਹੈ ਸਤ ਗੁਣ ਧਰ ਜਿਸ ਤੇ ਸ਼ੁਭ ਜਾਨਾ ਇਸ ਕਰਕੇ ਤੂੰ ਸ੍ਰੇਸ਼ਟ ਉਪਦੇਸ਼ ਨੂੰ ਸਮਝਣਾ ਕਰ ਜਾਣ ਕੇ ਸ੍ਰੇਸ਼ਟ ਗੁਣ ਗੁਣਾ ਨੂੰ ਅਪਣਾ ਧੀਰਮਲ ਕੀ ਵਸਤੂ ਸਰਬ ਤੇ ਜਿੰਨੀਆਂ ਵੀ ਸਭ ਵਸਤੂਆਂ ਹਨ ਨਾ ਧੀਰਮਲ ਦੀਆਂ ਫੇਰ ਦੇਹੋ ਤਿੰਨ ਟਿੱਗ ਯੁੱਤ ਦਰਬਾ ਧਨ ਦੇ ਸਮੇਤ ਸਭ ਵਸਤੂਆਂ ਮੋੜ ਦੇ ਉਸ ਦੇ ਡੇਰੇ ਜਾ ਕੇ ਜੋ ਹਮਰੇ ਢਿਗ ਧਨ ਅਰਪਾਇਓ ਜਿਹੜਾ ਤੂੰ ਆਪ ਧਨ ਭੇਟਾ ਕੀਤਾ ਸੀ ਨਾ ਸਾਡੇ ਪਾਸ ਸਭ ਦੇ ਬਹੁਤ ਇਸ ਢਿਗ ਪਹੁੰਚਾਇਓ ਉਹ ਧਨ ਵੀ ਜੋ ਧੀਰਮਲ ਲੁੱਟ ਕੇ ਲੈ ਗਿਆ ਸ਼ੇਮਸੰਧ ਰਾਹੀਂ ਉਹ ਸਭ ਧੀਰਮਲ ਦੇ ਪਾਸ ਪਹੁੰਚਾ ਦੇ ਮਨ ਉਦੋਏਗ ਕੋ ਨਿਬਲ ਕਰੀ ਜੈ ਤੇ ਆਪਣੇ ਮਨ ਦੀ ਜਿਹੜੀ ਕਬਰਾਟ ਐ ਨਾ ਉਸ ਨੂੰ ਕਟਾ ਆਪਣੇ ਹਿਰਦੇ ਵਿੱਚੋਂ ਹੋਏ ਪ੍ਰਸੰਨ ਇਹ ਸਭ ਤਿਸ ਦੀਜੈ ਤੇ ਖੁਸ਼ ਹੋ ਕੇ ਇਹ ਸਭ ਵਸਤੂਆ ਜੋ ਤੂੰ ਉਹਦੇ ਡੇਰਿਓ ਲਿਆਂਦੀਆਂ ਨੇ ਉਸ ਨੂੰ ਮੋੜਿਆ ਬਹਰ ਤੁਜ ਨੀਕੇ ਉਪਦੇਸ਼ ਹੈ ਫਿਰ ਭਲੀ ਤਰ੍ਹਾਂ ਤੈਨੂੰ ਤੇਰੇ ਭਲੇ ਵਾਸਤੇ ਅਸੀਂ ਉਪਦੇਸ਼ ਦੇਾਂਗੇ ਲਖੋ ਸੁਭਾ ਸੁਭ ਤਜਹੋ ਕਲੇਸ਼ ਹੈ ਇਸ ਕਰਕੇ ਸੁਭ ਅਸ਼ੁਭ ਭਲੇ ਬੁਰੇ ਦੀ ਹਿਰਦੇ ਵਿੱਚ ਵਿਚਾਰ ਕਰਕੇ ਤੂੰ ਸਭ ਕਲੇਸ਼ਾਂ ਨੂੰ ਛੱਡ ਲਵੇਂਗਾ ਸਤ ਗੁਰ ਮਿਲਨ ਸੁਫਲ ਹੋਏ ਜਾਵੇ ਇਸ ਕਰਕੇ ਤੇਰਾ ਜਿਹੜਾ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਘਰ ਦਰ ਆ ਕੇ ਮਿਲਣਾ ਹੈ ਨਾ ਉਹ ਫਿਰ ਸਫਲ ਹੋ ਜਾਵੇਗਾ ਜੇ ਸਾਡਾ ਉਪਦੇਸ਼ ਕਮਾਏਗਾ ਜਨਮ ਮਰਨ ਤੇ ਥਿਰਤਾ ਪਾਵੇ ਤੇ ਜਨਮ ਮਰਨ ਤੋਂ ਤੂੰ ਟਿਕਾ ਪ੍ਰਾਪਤ ਕਰ ਲਏਗਾ ਜਿਹੜਾ ਵਾਰ-ਵਾਰ ਜਨਮ ਲੈ ਕੇ ਸੰਸਾਰ ਵਿੱਚ ਸਰੀਰ ਧਰ ਕੇ ਆਉਣਾ ਫਿਰ ਮਰ ਕੇ ਜਾਣਾ ਐਸੀ ਪਟਕਣਾ ਤੋਂ ਬਚ ਜਾਏਗਾ ਸੋਨਾ ਮੱਖਣ ਕਰ ਜੋਰ ਬਖਾਨਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਬਚਨ ਸੁਣ ਕੇ ਭਾਈ ਮੱਖਣ ਸ਼ਾਹ ਜੀ ਹੱਥ ਜੋੜ ਕੇ ਬੇਨਤੀ ਕਰਦੇ ਹਨ ਜਿਨਹੋ ਕੀਨ અપਮਾਨ ਮਹਾਨਾ ਮਹਾਰਾ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਲੋਕਾਂ ਨੇ ਆਪ ਜੀ ਦੀ ਬੇਅਦਬੀ ਕੀਤੀ ਹੈ ਪ੍ਰਾਣਾਤਕ ਲੋ ਕਰ ਅਪਰਾਧ ਪ੍ਰਾਣਾ ਦੇ ਅੰਤ ਕਰਨ ਤੱਕ ਦਾ ਉਹ ਅਪਰਾਧ ਕਰਨ ਵਾਲੇ ਹਨ ਮਹਾਰਾਜ ਸੱਚੇ ਪਾਤਸ਼ਾਹ ਐਸੇ ਅਪਰਾਧੀ ਲੋਕ ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਮਾਰਨਾ ਚਾਹਿਆ ਕੁਮਤੀ ਦੁਸ਼ਟ ਕਠੋਰ ਅਸਾਧੂ ਉਹ ਖੋਟੀ ਮਤ ਵਾਲੇ ਜਿਹੜੇ ਦੁਸ਼ਟ ਸੁਭਾਅ ਵਾਲੇ ਬਹੁਤ ਸਖਤ ਸੁਭਾਅ ਕਰੜਾ ਜਿਨ੍ਹਾਂ ਦਾ ਸੁਭਾਅ ਤੇ ਨਾ ਸਾਦੇ ਜਾਣ ਵਾਲੇ ਜੋ ਹਨ ਲੋਕ ਜਿਨ੍ਹਾਂ ਦੇ ਮਾਨਨ ਸਾਦੇ ਨਹੀਂ ਜਾਂਦੇ ਤਨ ਪਰ ਮਿਰਦਲ ਛਿਮਾ ਬੋਹ ਕਰਨੀ ਉਹਨਾਂ ਦੇ ਉੱਪਰ ਕੋਮਲ ਸੁਭਾਅ ਮੁਤਾਬਕ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕੋਮਲ ਬਾਕ ਉਹਨਾਂ ਦੇ ਭਲੇ ਵਾਸਤੇ ਕਹਿ ਰਹੇ ਹੋ ਔਰ ਉਹਨਾਂ ਨੂੰ ਮਹਾਰਾਜ ਸਾਹਿਬ ਆਪ ਜੀ ਮੁਆਫ ਕਰ ਰਹੇ ਹੋ ਨੀਤ ਬਖੈ ਇਹ ਨੀਕ ਨਬਰਨੀ ਇਹੋ ਜਿਹੇ ਜਿਹੜੇ ਅਪਰਾਧੀ ਲੋਕ ਹੁੰਦੇ ਐ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਆਫ ਕਰਨਾ ਇਹ ਰਾਜਨੀਤੀ ਵਿੱਚ ਚੰਗਾ ਨਹੀਂ ਕਿਹਾ ਜਾਂਦਾ ਛਮੀ ਪੁਰਖ ਕੇ ਕਾਜ ਉਦਾਰਾ ਤੇ ਜਿਹੜਾ ਸ਼ਿਮਾ ਕਰਨ ਵਾਲਾ ਹੋਵੇ ਮੁਆਫ ਕਰਨ ਵਾਲਾ ਹੋਵੇ ਉਸ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜਿਹੜੇ ਸ੍ਰੇਸ਼ਟ ਕਾਰਜ ਹਨ ਨਸ਼ਟ ਹੋਤ ਜਿਮ ਅਗਨੀ ਪਾਰਾ ਉਹ ਤਾਂ ਨਾਸ ਹੀ ਹੋ ਜਾਂਦੇ ਨੇ ਉਸ ਦੇ ਸ਼ੁਭ ਕੰਮ ਪੂਰੇ ਨਹੀਂ ਹੁੰਦੇ ਸੋ ਨੀਤੀਵਾਨਾਂ ਦਾ ਇਹ ਵਿਚਾਰ ਹੈ ਮਹਾਰਾ ਸੱਚੇ ਪਾਤਸ਼ਾਹ ਜਿਵੇਂ ਕਿ ਪਾਰਾ ਅਗ ਵਿੱਚ ਸੜ ਕੇ ਸੁਆਹ ਹੋ ਜਾਂਦਾ ਹੈ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਖਿਮਾ ਕਰਨ ਵਾਲੇ ਦੇ ਕਾਰਜ ਪੂਰੇ ਨਹੀਂ ਹੁੰਦੇ ਹਨ ਤਿਸ ਕੋ ਸકલ ਕਰਹੈ ਅਪਰਾਧਾ ਨੀਤੀਵਾਨ ਇਹ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਆ ਕਿ ਜਿਹੜਾ ਛਿਮਾ ਕਰੇ ਨਾ ਅੱਗੋਂ ਮਾਫੀ ਕਰੀ ਜਾਵੇ ਤੇ ਸਗੋਂ ਜਿਹੜੇ ਆਪ ਹੁਦਰੇ ਲੋਕ ਹਨੜਾ ਉਹ ਅੱਗੋਂ ਅਪਰਾਧ ਕਰਨ ਦਾ ਗੁਨਾਹ ਕਰਨ ਦਾ ਉਸ ਦੇ ਉੱਪਰ ਜਿਆਦਤੀ ਕਰਨ ਦਾ ਯਤਨ ਕਰਦੇ ਹਨ ਡਰ ਕੋ ਛੋੜ ਦੇਤ ਹੈ ਬਾਦਾ ਤੇ ਉਹ ਡਰ ਛੱਡ ਕੇ ਉਸ ਨੂੰ ਦੁਖੀ ਕਰਦੇ ਹਨ ਸ਼ਿਮਾ ਕਰਨ ਵਾਲੇ ਨੂੰ ਦਰਿਦਰੀ ਅਰ ਆਲਸਕਾਰੀ ਤੇ ਲੋਕ ਇਸ ਤਰ੍ਹਾਂ ਹੀ ਸਮਝਦੇ ਹਨ ਕਿ ਇਹ ਤਾਂ ਦਲਿਤਰੀ ਹੈ ਤੇ ਆਲਸੀ ਹੈ 임 અપਕੀਰਤ ਹੋਏ ਬਿਸਤਾਰੀ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਸ਼ਿਮਾ ਕਰਨ ਵਾਲੇ ਦੀ અપਕੀਰਤ ਹੋ ਜਾਂਦੀ ਹੈ ਉਦਾ ਜਸ ਨਹੀਂ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਨਿੰਦਾ ਹੀ ਫੈਲਦੀ ਲੋਕ ਕਹਿੰਦੇ ਐ ਕਿ ਇਹ ਆਲਸੀ ਐ ਇਹ ਉਦਮੀ ਨਹੀਂ ਦਲਿਤਰੀ ਹੈ ਕਰ ਅਪਰਾਧ ਨਹੀਂ ਦਰ ਪਾਵੇ ਤੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀਓ ਜਿਹੜੇ ਛਿਮਾ ਕਰਨ ਵਾਲਿਆਂ ਤੇ ਅਪਰਾਧ ਕਰਨ ਵਾਲੇ ਵਿਅਕਤੀ ਹਾਨਾ ਉਹ ਫਿਰ ਡਰਦੇ ਨਹੀਂ ਸਕੋ ਆਪ ਉਹਨਾਂ ਨੂੰ ਬਹੁਤਾ ਦੁਖੀ ਕਰਨ ਦਾ ਯਤਨ ਕਰਦੇ ਹਨ ਜਸ ਕੀਏ ਤਸ ਫਲ ਜੇ ਨਹਿ ਪਾਵੈ ਤੇ ਇਸ ਲਈ ਜਿਹੋ ਜਿਹਾ ਕਰਮ ਅਪਰਾਧੀਆਂ ਨੇ ਕੀਤਾ ਹੋਵੇ ਕਿਸੇ ਨਾਲ ਬੇਨਸਾਫੀ ਤੱਕੇ ਸ਼ਾਹੀ ਕਰਨ ਦਾ ਉਸ ਦੀ ਕੀਤੀ ਦਾ ਫਲ ਜੇਕਰ ਉਹਨਾਂ ਨੂੰ ਨਾ ਮਿਲੇ ਪੁਨਹੇ ਕਰਨ ਕੋ ਹੋਏ ਉਤਸਾਹੀ ਤੇ ਫਿਰ ਉਹ ਮਾੜੇ ਕਰਮ ਕਰਨ ਦਾ ਉਤਸ਼ਾਹ ਕਰਦੇ ਹਨ ਭੀਰ ਭੀਰ ਲਖੈ ਅਪਰ ਸੋਂ ਪ੍ਰਾਹੀ ਤੇ ਖਿਮਾ ਕਰਨ ਵਾਲੇ ਨੂੰ ਉਹ ਕਾਇਰ ਜਾਣਦੇ ਹਨ ਤੇ ਹੋਰਨਾਂ ਨੂੰ ਵੀ ਦੱਸਦੇ ਨੇ ਕਿ ਉਹ ਕੋਈ ਕਿਹੜਾ ਬਹਾਦਰ ਸੂਰਮਾ ਹੈ ਜਿਹੜਾ ਅੱਗੋਂ ਸਾਡੇ ਨਾਲ ਲੜ ਸਕੇ ਦੰਡ ਉਚਿਤ ਹੀ ਨਿਤ ਅਪਰਾਧੀ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਅਪਰਾਧੀ ਮਨੁੱਖ ਹਨ ਉਹ ਸਜ਼ਾ ਦੇ ਹੱਕਦਾਰ ਹਨ ਉਹਨਾਂ ਨੂੰ ਸਜ਼ਾ ਹੀ ਦੇਣੀ ਬਣਦੀ ਹੈ ਨਿਤ ਸਦਾ ਵਾਸਤੇ ਪੁਰਸ਼ੋਤਮ ਮਿਰਜਾਦਾ ਬਾਧੀ ਤੇ ਉੱਤਮ ਪੁਰਖਾਂ ਨੇ ਇਹ ਮਿਰਜਾਦਾ ਜਿਹੜੀ ਹੈ ਇਹ ਬੰਨੀ ਹੋਈ ਹੈ ਜਾਣੋ ਦੇਖੋ ਰਾਮਚੰਦ ਵੱਡ ਧੀਰ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਕੇ ਦੱਸ ਰਹੇ ਹਨ ਸੱਚੇ ਪਾਤਸ਼ਾਹ ਜਿਵੇਂ શ્રી ਰਾਮਚੰਦਰ ਜੀ ਹੋਏ ਵੱਡੇ ਧੀਰ ਜਤਾਰੀ ਤ੍ਰੇਤੇਜੁਗ ਦੇ ਅਵਤਾਰ ਨੀਰਦ ਕੋ ਗੰਭੀਰ ਅਪੀਰ ਤੇ ਜਿਸ ਵੇਲੇ ਉਹਨਾਂ ਨੇ ਸਮੁੰਦਰ ਪਾਰ ਕਰਨਾ ਸੀ ਸਮੁੰਦਰ ਨੂੰ ਲੰਘਣਾ ਸੀ ਸਮੁੰਦਰ ਤੋਂ ਲੰਘ ਕੇ ਉਹਨਾਂ ਨੇ ਲੰਕਾ ਵਿੱਚ ਪਹੁੰਚਣਾ ਸੀ 라ਵਣ ਨੂੰ ਮਾਰਨ ਵਾਸਤੇ ਸੀਤਾ ਨੂੰ ਛਡਾਉਣ ਵਾਸਤੇ ਤਾਂ ਉਸ ਵੇਲੇ ਉਹਨਾਂ ਨੇ ਬਹੁਤਾ ਹੀ ਡੂੰਘੇ ਜਲ ਦਾ ਪ੍ਰਵਾਹ ਉਥੇ ਸਮੁੰਦਰ ਦਾ ਭਾਰੀ ਜਲ ਜਾਣਿਆ ਅਸ ਆਸ਼ੈ ਲਖ ਓਜ ਪ੍ਰਕਾਸ਼ਾ ਤੇ ਉਹਨਾਂ ਨੇ ਵੇਖਿਆ ਕਿ ਸਮੁੰਦਰ ਬਹੁਤ ਹੀ ਜੋ ਡੂੰਘਾਈ ਦੇ ਸਮੇਤ ਹੈ ਬਹੁਤੇ ਜਲ ਸਮੇਤ ਹੈ ਇਸ ਤੋਂ ਪਾਰ ਕਿਵੇਂ ਹੋਣਾ ਇਸ ਤੋਂ ਲੰਘਣਾ ਕਿਵੇਂ ਹੈ ਉਸ ਦਾ ਬਲ ਜਾਣ ਕਰਕੇ ਆਪਣਾ ਬਲ ਪ੍ਰਗਟ ਕੀਤਾ ਸੀ ਉਸ ਵੇਲੇ ਸ੍ਰੀ ਰਾਮਚੰਦਰ ਜੀ ਨੇ ਜਿਸ ਤੇ ਅਤ ਚਿਤ ਵਿਯੋ ਚਿਤ ਤਰਾਸਾ ਤੇ ਜਿਸ ਕਰਕੇ ਜਦੋਂ ਕਿ ਸ੍ਰੀ ਰਾਮਚੰਦਰ ਜੀ ਨੇ ਆਪਣੇ ਧਨੁਖ ਦੇ ਵਿੱਚ ਅਗਨ ਬਾਣ ਸਿੰਜਿਆ ਕਿ ਇਹ ਜਿਹੜਾ ਸਮੁੰਦਰ ਹੈ ਇਸ ਤੋਂ ਅਸੀਂ ਲੰਘਣਾ ਹੈ ਇਸ ਦਾ ਜਲ ਸਾਨੂੰ ਸੁਕਾ ਦੇਣਾ ਚਾਹੀਦਾ ਅਗਨ ਬਾਣ ਮਾਰ ਕੇ ਜਲ ਸਕਾਉਣ ਦਾ ਜਿਸ ਵੇਲੇ ਯਤਨ ਕੀਤਾ ਆਪਣੇ ਚਿੱਤ ਵਿੱਚ ਖਿਆਲ ਕੀਤਾ ਤਾਂ ਉਸ ਵੇਲੇ ਕਹਿੰਦੇ ਹਨ ਕਿ ਸਮੁੰਦਰ ਵੱਲੋਂ ਬਹੁਤਾ ਆਪਣੇ ਹਿਰਦੇ ਵਿੱਚ ਡਰ ਮੰਨਿਆ ਗਿਆ ਹੋਏ ਪੈਪੀਤ ਉਪਾਏ ਬਤਾਏ ਸੋ ਬਹੁਤ ਪੈਪੀਤ ਹੋ ਗਿਆ ਸਮੁੰਦਰ ਜਾਣੋ ਕਿ ਜਿਹੜਾ ਜਲ ਦਾ ਨਦੀਆਂ ਦਾ ਦੇਵਤਾ ਵਰਣ ਦੇਵਤਾ ਬਹੁਤ ਹੀ ਭੈ ਦੇ ਸਹਿਤ ਹੋ ਗਿਆ ਤੇ ਉਸ ਨੇ ਪ੍ਰਗਟ ਹੋ ਕੇ ਫਿਰ ਆਪਣੀ ਵੱਲੋਂ ਬੇਨਤੀ ਕੀਤੀ ਕਿ ਕਿਰਪਾ ਕਰੋ ਜੇਕਰ ਤੁਸੀਂ ਇਸ ਜਲ ਨੂੰ ਅਗਨ ਬਾਣ ਮਾਰ ਕੇ ਸਮੁੰਦਰ ਨੂੰ ਸੁਕਾ ਦਿੱਤਾ ਤਾਂ ਬਹੁਤ ਸਾਰੇ ਜੀਵ ਜੰਤ ਮਰ ਜਾਣਗੇ ਇਸ ਲਈ ਆਪ ਤੁਸੀਂ ਸੋ ਆਪਣਾ ਯਤਨ ਕਰੋ ਜਿਸ ਕਰਕੇ ਪੁਲ ਬਣਾ ਕੇ ਪੁਲ ਬਨ ਕੇ ਉਪਰੋਂ ਦੀ ਲੰਗ ਲੰਗਿਆ ਜਾਵੇ ਆਪ ਹੀ ਯਤਨ ਦੱਸਿਆ ਕਿ ਪੱਥਰ ਆਦਿਕ ਸੋ ਨਲਕੂਮਰ ਆਦਿਕਾ ਨੂੰ ਕਹੇ ਕਿ ਉਹਨਾਂ ਦੇ ਹੱਥ ਛੁਹਾ ਕੇ ਸਮੁੰਦਰ ਦੇ ਉੱਪਰ ਪੱਥਰ ਰੱਖ ਕੇ ਰਾ ਆਰ ਮਾ ਆਦਿਕ ਜਿਹੜੇ ਅੱਖਰ ਹਨ ਪਰਮੇਸ਼ਰ ਦੇ ਨਾਮ ਦੇ ਉੱਪਰ ਲਿਖ ਕੇ ਤੇ ਇਸ ਤਰ੍ਹਾਂ ਪੁਲ ਬਣਾ ਕੇ ਤੁਸੀਂ ਪਾਰ ਹੋ ਸਕਦੇ ਹੋ ਇਸ ਤਰ੍ਹਾਂ ਦਾ ਯਤਨ ਵਰਣ ਦੇਵਤੇ ਨੇ ਬੇਨਤੀ ਕਰਕੇ ਸ੍ਰੀ ਰਾਮਚੰਦਰ ਨੂੰ ਫਿਰ ਦੱਸਿਆ ਸੀ ਸਕਲ ਕਟਕ ਕਪ ਪਾਰ ਲੰਘਾਇਵ ਤੇ ਜਿਸ ਕਰਕੇ ਫਿਰ ਜਿਹੜਾ ਕਿ ਬਹੁਤ ਡੁੰਗਿਆਈ ਵਾਲਾ ਬਹੁਤਾ ਗੰਭੀਰ ਵੱਡਾ ਸਾਗਰ ਉਹ ਭੈ ਪੀਤ ਹੋ ਕੇ ਸ੍ਰੀ ਰਾਮਚੰਦਰ ਜੀ ਦੇ ਪਾਸੋਂ ਡਰ ਕੇ ਸੋ ਤਾਂ ਹੀ ਫਿਰ ਉਸ ਉਸ ਤੋਂ ਜੋ ਭੈ ਪੀਤ ਹੋਇਆ ਉਹ ਸਾਰੀ ਫੌਜ ਨੂੰ ਰਾਮਚੰਦਰ ਦੇ ਸਮੇਤ ਪਾਰ ਕਰਵਾਇਆ ਜੇ ਨਾ ਛਮਾ ਤਿਆਗਤ ਤਿਸ ਕਾਲਾ ਸ੍ਰੀ ਰਾਮਚੰਦਰ ਜੀ ਉਸ ਵੇਲੇ ਜੇ ਕਰ ਖਿਮਾ ਕਰਨੀ ਨਾ ਛੱਡ ਦੇ ਨਹਿ ਕਾਰਜ ਕਿਮ ਹੋਤ ਸੁਖਾਲਾ ਤਾਂ ਉਹਨਾਂ ਦਾ ਸਮੁੰਦਰ ਤੋਂ ਪਾਰ ਹੋਣ ਦਾ ਜਿਹੜਾ ਕਾਰਜ ਹੈ ਨਾ ਜੋ ਰਾਵਣ ਤੱਕ ਲੰਕਾ ਵਿੱਚ ਪਹੁੰਚਣ ਦਾ ਸੀਤਾ ਨੂੰ ਛਡਾਉਣ ਦਾ ਰਾਵਣ ਨੂੰ ਮਾਰਨ ਦਾ ਇਹ ਕਾਰਜ ਸੌਖਾ ਨਾ ਪੂਰਾ ਹੁੰਦਾ ਪੁਨੋ ਸ਼੍ਰੀ ਕ੍ਰਿਸ਼ਨ ਚਤੁਰ ਬਲਵਾਨਾ ਇਹ ਫਿਰ ਸ਼੍ਰੀ ਕ੍ਰਿਸ਼ਨ ਜੀ ਬਾਬਤ ਸੁਣੋ ਜਿਹੜੇ ਬਹੁਤ ਚਤੁਰ ਸੂਝਵਾਨ ਹੋਏ ਤੇ ਬਲੀ ਹੋਏ ਹਨ ਸਬਾ ਕੈਰਵਨ ਕੀ ਜੋ ਮਹਾਨਾ ਤੇ ਕੈਰਵਾਂ ਦੀ ਸਬਾ ਦੇ ਵਿੱਚ ਉਸ ਵੇਲੇ ਉਹ ਬੈਠੇ ਹੋਏ ਸਨ ਜਦੋਂ ਬੈਠੇ ਹੋ ਵਿੱਚ ਛਿਮਾ ਕਰ ਰਹਿ ਤੇ ਛਿਮਾਂ ਧਾਰ ਕਰਕੇ ਦਰਜੋਧਨ ਦੇ ਪਾਸ ਬੈਠੇ ਹੋਏ ਸਨ ਦਰਜੋਧਨ ਵੱਡ ਪਦ ਕੋ ਲਹੈ ਵੱਡੀ ਪਦਵੀ ਪ੍ਰਾਪਤ ਕਰਕੇ ਬੜੇ ਹੀ ਉਤਸ਼ਾਸ ਮੇਤ ਹੋ ਕੇ ਵੱਡਾ ਬਣ ਕੇ ਦੁਰਯੋਧਨ ਜਿੱਥੇ ਸਭਾ ਵਿੱਚ ਬੈਠਾ ਸੀ ਉਸ ਵੇਲੇ ਪਾਸ ਬੈਠੇ ਹੋਏ ਹਨ ਕ੍ਰਿਸ਼ਨ ਜੀ ਤੇਜ ਪ੍ਰਭਾਵ ਅਪਣ ਵਿਦਤਾਵਾ ਤੇ ਜਦੋਂ ਕਿ ਉਸ ਜੋ ਦੁਰਯੋਧਨ ਨੇ ਯਤਨ ਕੀਤਾ ਕਿ ਇਹਨਾਂ ਨੂੰ ਕਿਸੇ ਪ੍ਰਕਾਰ ਜੋ ਆਪਣੇ ਬਸ ਵਿੱਚ ਕਰ ਲਈਏ ਆਪ ਇਹਨਾਂ ਨੂੰ ਫੜ ਕੇ ਕੈਦ ਵਿੱਚ ਕਰ ਲਈਏ ਤਾਂ ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਿਆ ਕਿ ਇਹ ਇਸ ਤਰ੍ਹਾਂ ਦਾ ਯਤਨ ਕਰ ਰਹੇ ਤ੍ਰਿਸ਼ਟਰਾਸ਼ਟਰਿੰਦਸਿਆ ਕਿ ਇਹ ਤਾਂ ਤੁਹਾਨੂੰ ਘੇਰਾ ਪਵਾ ਕੇ ਤੇ ਫੜਨਾ ਚਾਹੁੰਦੇ ਕੈਦ ਵਿੱਚ ਕਰਨਾ ਚਾਹੁੰਦੇ ਤੁਸੀਂ ਪਾਂਡਵਾਂ ਦੀ ਸਹਾਇਤਾ ਕਰਨ ਵਾਸਤੇ ਆਏ ਹੋ ਕ੍ਰਿਸ਼ਨ ਜੀ ਨੇ ਕਿਹਾ ਸੀ ਦੁਰਯੋਦਨ ਨੂੰ ਕਿ ਪਾਂਡਵਾ ਨੂੰ ਪੰਜ ਨਗਰਾਂ ਦੀ ਜ਼ਮੀਨ ਦੇ ਦਿਓ ਤਾਂ ਫਿਰ ਉਸ ਵਿੱਚ ਹੀ ਇਹ ਗੁਜ਼ਾਰਾ ਕਰ ਲੈਣਗੇ ਦ੍ਰੁਜੋਦਨ ਨੇ ਅੱਗੋਂ ਆਖਿਆ ਕਿ ਪੰਜ ਨਗਰਾਂ ਦੀ ਤਾਂ ਜ਼ਮੀਨ ਕੀ ਦੇਣੀ ਐ ਇਹਨਾਂ ਨੂੰ ਮੈਂ ਸੁਈ ਦੇ ਨੱਕੇ ਜਿੰਨਾਂ ਥਾਂ ਵੀ ਨਹੀਂ ਦੇ ਸਕਦਾ ਸੋ ਜਦੋਂ ਕਿ ਪਤਾ ਲੱਗਿਆ ਤ੍ਰਿਤਰਾਸ਼ਟ ਨੇ ਆਖਿਆ ਤੁਸੀਂ ਪਾਂਡਵਾਂ ਦੀ ਸਹਾਇਤਾ ਕਰਾਉਣੀ ਚਾਹੁੰਦੇ ਹੋ ਇਹ ਤੁਹਾਨੂੰ ਵੀ ਸਗੋਂ ਫੜ ਕੇ ਕੈਦ ਕਰਨਾ ਚਾਹੁੰਦਾ ਮਾਰਨਾ ਚਾਹੁੰਦਾ ਹੈ ਪਤਾ ਲੱਗਿਆ ਤਾਂ ਫਿਰ ਅਕਰੂਰ ਨੂੰ ਭੇਜ ਕੇ ਕ੍ਰਿਸ਼ਨ ਜੀ ਨੇ ਪਤਾ ਕੀਤਾ ਉਹਨੇ ਆ ਕੇ ਦੱਸਿਆ ਕਿ ਠੀਕ ਦੁਰਯੋਧਨ ਵੱਲੋਂ ਤੁਹਾਨੂੰ ਕੀੜਾ ਪਵਾਇਆ ਜਾ ਰਿਹਾ ਹੈ ਫਿਰ ਆਪਣੇ ਜਿਹੜੇ ਯਾਦਵ ਨਾਲ ਸਨ ਉਹਨਾਂ ਨੂੰ ਇਸ਼ਾਰਾ ਕੀਤਾ ਲੜਾਈ ਸ਼ੁਰੂ ਕਰਵਾ ਕੇ ਆਪ ਕਿਸੇ ਤਰੀਕੇ ਨਾਲ ਯਤਨ ਕਰਕੇ ਕ੍ਰਿਸ਼ਨ ਜੀ ਉੱਥੋਂ ਫਿਰ ਨਿਕਲੇ ਸਨ ਆਪਣਾ ਪ੍ਰਤਾਪ ਪ੍ਰਗਟ ਕਰਕੇ ਜਿਸ ਤੇ ਆਪਣੋ ਆਪ ਬਚਾਵਾ ਜਿਸ ਕਰਕੇ ਆਪਣੇ ਆਪ ਦਾ ਵੀ ਬਚਾ ਤਾਹੀਂ ਕ੍ਰਿਸ਼ਨ ਜੀ ਕਰ ਸਕੇ ਸਨ ਦੁਰਯੋਧਨ ਦੇ ਕੋਲੋਂ ਇਨ ਮਾਹਮਹ ਗੁਣ ਬਹੋ ਰਹਿ ਤੇ ਇਸ ਪ੍ਰਕਾਰ ਕਹਿੰਦੇ ਹਨ ਕਿ ਜੋ ਅਛਿਮਾ ਮਹ ਜੋ ਅਛਿਮਾ ਕਰਨੀ ਪਾਪ ਕੀ ਜੋ ਛਿਮਾ ਨਾ ਕਰਨਾ ਹੈ ਨਾ ਮਾਫ ਨਾ ਕਰਨਾ ਇਸ ਵਿੱਚ ਬਹੁਤੇ ਗੁਣਾ ਨੀਤੀਵਾਨ ਦੱਸਦੇ ਹਨ ਕਿ ਅਪਰਾਧੀ ਨੂੰ ਮਾਫ ਨਹੀਂ ਕਰਨਾ ਚਾਹੀਦਾ ਜਿਹੜਾ ਗੁਨਾਹਗਾਰ ਹੈ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣੀ ਚਾਹੀਦੀ ਹੈ ਛਿਮਾਵਾਨ ਬਾਦਾ ਬਡ ਸਹ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਅੰਤਰਜਾਮੀ ਗਿਆਨ ਬਖਸ਼ਣ ਹਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਪਣੀ ਵੱਲੋਂ ਆਪਣੀ ਬੁੱਧ ਅਨਸਾਰ ਦੱਸ ਰਹੇ ਨੇ ਮਹਾਰਾ ਸੱਚੇ ਪਾਤਸ਼ਾਹ ਜਿਹੜਾ ਖਿਮਾ ਕਰਨ ਵਾਲਾ ਹੈ ਨਾ ਉਸ ਨੂੰ ਬਹੁਤਿਆਂ ਵੱਲੋਂ ਕੀਤੀਆਂ ਦਿੱਤੀਆਂ ਜਾਂਦੀਆਂ ਸਜਾਵਾਂ ਹਨ ਨਾ ਉਹ ਆਪਣੇ ਉੱਪਰ ਸਹਾਰਨੀਆਂ ਪੈਂਦੀਆਂ ਬਹੁਤ ਦੁੱਖ ਨਿਰਦਈਆਂ ਵੱਲੋਂ ਕਈ ਵਾਰ ਜਰਨੇ ਪੈਂਦੇ ਹਨ ਅਕ੍ਰਿਤ ਕਾਜ ਅਪਜਸ ਵਿਸਤਾਰਨ ਸਤਿਗੁਰੂ ਜੀ ਕਾਰਜ ਵੀ ਉਸ ਦੇ ਪੂਰੇ ਕਿਵੇਂ ਹੋ ਸਕਦੇ ਨੇ ਜਿਹੜਾ ਖਿਮਾਹੀਂ ਕਰੀ ਜਾਏ ਔਰ ਜਿਹੜਾ ਅਪਜਸ ਵਿਸਤਾਰਨ ਔਰ ਜਿਹੜਾ ਅਪਜਸ ਹੈ ਨਾ ਉਹਦਾ ਫੈਲਦਾ ਏ ਕਿ ਇਹ ਤਾਂ ਮੁਆਫ ਕਰੀ ਗਿਆ ਅਗੋਂ ਕੁਝ ਕਹਿ ਨਹੀਂ ਸਕਿਆ ਉਹਨਾਂ ਨੂੰ ਦੋਸ਼ ਛਿਮਾ ਮਹਿ ਕਰੇ ਉਚਾਰਨ ਇਸ ਤਰ੍ਹਾਂ ਮਹਾਰਾਜ ਜੀ ਖਿਮਾ ਕਰਨ ਵਿੱਚ ਇਹ ਦੋਸ਼ ਮੈਂ ਕਹੜਾ ਕੀਤੇ ਹਨ ਜੋ ਨੀਤੀਵਾਨਾਂ ਵੱਲੋਂ ਦੱਸੇ ਜਾਂਦੇ ਨੇ ਜੇ ਤੁਮ ਰਹੋ ਖਿਮਾ ਕੋਹ ਤਹਾਰੀ ਜੇ ਸਤਗੁਰੂ ਸੱਚੇ ਪਾਤਸ਼ਾਹ ਆਪ ਤੁਸੀਂ ਖਿਮਾ ਧਾਰਨ ਕਰਕੇ ਹੀ ਬੈਠੇ ਰਹੋ ਸਭ ਹੀ ਕਰਹਿ ਅਬਗਿਆ ਭਾਰੀ ਤੇ ਜਿਹੜੇ ਸਭ ਲੋਕ ਆਪ ਜੀ ਦੀ ਨਿਰਾਦਰੀ ਕਰਨ ਵਾਲੇ ਨੇ ਗੁਰੂ ਘਰ ਦੇ ਨਾਲ ਈਰਖਾ ਕਰਨ ਵਾਲੇ ਤ੍ਰੋਹਕ ਮਾਉਣ ਵਾਲੇ ਹਨ ਮਹਾਰਾਜ ਜੀ ਧੀਰਮਲ ਵਰਗੇ ਸ਼ੇਹ ਮਸੰਦ ਜਿਹੇ ਉਹ ਆਪ ਜੀ ਦੀ ਬਦਬੀ ਤੰਗ ਫਿਰ ਕਰਦੇ ਹੀ ਰਹਿਣਗੇ ਦੁਸ਼ਟ ਕੋ ਕਰਮ ਕਰਨ ਨਿਤ ਚਾਹੈ ਕਿਉਂਕਿ ਜਿਹੜੇ ਦੁਸ਼ਟ ਲੋਕ ਹੁੰਦੇ ਐ ਨਾ ਉਹ ਸਦਾ ਮਹਾਰਾ ਸੱਚੇ ਪਾਤਸ਼ਾਹ ਆਪ ਜੀ ਤਾਂ ਜਾਣਦੇ ਹੋ ਕੋ ਕਰਮ ਹੀ ਕਰਨਾ ਚਾਹੁੰਦੇ ਹਨ ਰੁਖੈ ਦੰਡ ਕੋ ਤਰਾਸ ਤਰਾਹੈ ਜੇਕਰ ਉਹਨਾਂ ਨੂੰ ਸਜ਼ਾ ਦਾ ਡਰ ਹੋਵੇ ਹਿਰਦੇ ਵਿੱਚ ਕਿ ਸਜ਼ਾ ਮਿਲੇਗੀ ਕੋਈ ਨਾ ਕੋਈ ਜਿਹੜਾ ਬਹਾਦਰ ਸੂਰਮਾ ਐ ਉਹ ਸਾਨੂੰ ਸਜ਼ਾ ਦੇ ਦੇਵੇਗਾ ਜੇਕਰ ਅਸੀਂ ਆਪ ਹੁਦਰੇ ਬਣੇ ਜੇ ਕੋ ਕਰਮ ਕੀਤਾ ਐ ਲੋਕਾਂ ਦੇ ਉੱਪਰ ਜ਼ੁਲਮ ਕੀਤਾ ਤਾਂ ਹੈ ਫਿਰ ਉਹ ਰੁਕ ਕੇ ਰਹਿੰਦੇ ਹਨ ਨਾ ਹੈ ਤਾਂ ਕਰਹਿ ਸਭ ਇਹਨ ਅਪਕਾਰਾ ਸਤਿਗੁਰੂ ਸਚੇ ਪਾਤਸ਼ਾਹ ਜੀ ਨਹੀਂ ਤਾਂ ਦੁਸ਼ਟ ਲੋਕ ਸਭ ਦੀ ਨਰਾਦਰੀ ਕਰਦੇ ਹਨ ਦੇਹ ਪ੍ਰਜਾ ਕੋ ਕਸ਼ਟ ਅਪਾਰਾ ਸਭਨਾ ਲੋਕਾਂ ਤੇ ਜ਼ੁਲਮ ਕਰਕੇ ਪ੍ਰਜਾ ਨੂੰ ਬਹੁਤਾ ਕਸ਼ਟ ਦਿੰਦੇ ਹਨ ਦੰਡ ਤਰਾਸਤੇ ਆਪਣ ਮਰਜਾਦਾ ਸਤਿਗੁਰੂ ਸਚੇ ਪਾਤਸ਼ਾਹ ਜੀ ਜੇਕਰ ਉਹਨਾਂ ਨੂੰ ਆਪ ਨੂੰ ਦੰਡ ਮਿਲਣ ਤੋਂ ਡਰ ਹੋਵੇ ਕਿ ਸਾਨੂੰ ਜਿਹੜਾ ਕੋਈ ਨਿਆਂਕਾਰੀ ਜੇ ਰਾਜਾ ਹੈ ਜਾਂ ਕੋਈ ਬਹਾਦਰ ਬਲੀ ਸੂਰਮਾ ਹੈ ਜਿਹੜਾ ਕਿ ਜ਼ੁਲਮ ਸਹਾਰ ਨਹੀਂ ਸਕਦਾ ਉਹ ਸਾਨੂੰ ਬਹੁਤੀ ਜ਼ਿਆਦਾ ਕਰੜੀ ਸਜ਼ਾ ਦੇਵੇਗਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹ ਆਪਣੀ ਮਰਜ਼ਾਦਾ ਦੇ ਵਿੱਚ ਹੀ ਰਹਿੰਦੇ ਹਨ ਰੋਕੇ ਰਹਿੰਦੇ ਹਨ ਰੁਕੇ ਰਹੇ ਨਹਿਲ ਹੈ ਬਿਸਾਦਾ ਉਹ ਦੰਡ ਦੇ ਡਰ ਕਰਕੇ ਰੁਕੇ ਰਹਿੰਦੇ ਆ ਤੇ ਫਿਰ ਉਹ ਝਗੜੇ ਫਸਾਦ ਜਿਹੜੇ ਹਨ ਉਹ ਫੈਲਾਉਂਦੇ ਨਹੀਂ ਕਿਉਂ ਤੁਮ ਦੁਸ਼ਟ ਅਬਗਿਆ ਸਹੋ ਸਤਗੁਰੂ ਸੱਚੇ ਪਾਤਸ਼ਾਹ ਜੀਓ ਦੁਸ਼ਟਾਂ ਵੱਲੋਂ ਕੀਤੀ ਜਾਂਦੀ ਨਿਰਾਦਰੀ ਆਪ ਜੀ ਕਿਉਂ ਸਹਰਦੇ ਹੋ ਅਬ ਹੈ ਪ੍ਰਭੂ ਮੋਹੇ ਸੋ ਕਹੋ ਹੈ ਪਰਮੇਸ਼ਰ ਸਰੂਪ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪ ਜੀ ਮੇਰੇ ਵਾਸਤੇ ਬਚਨ ਸੁਣਾਉਣਾ ਕਰੋ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਆਪ ਜੀ ਨੂੰ ਮੈਂ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਸਹਿਤ ਜੋ ਬੇਨਤੀ ਕੀਤੀ ਹੈ ਆਪਣੀ ਸੋਚ ਅਨੁਸਾਰ ਨਿਜ ਸਿਖ ਤੇ ਸੁਨ ਕਰ 임 ਬੈਨ ਤਾਂ ਆਪਣੇ ਸਿੱਖ ਭਾਈ ਮੱਖਣ ਸ਼ਾਹ ਤੋਂ ਬੋਲ ਸੁਣ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕਿਰਪਾ ਦ੍ਰਿਸ਼ਟ ਜੁਤ ਸੁੰਦਰ ਨੈਣ ਆਪਣੇ ਸ਼੍ਰੇਸ਼ਟ ਸੁੰਦਰ ਨੇਤ੍ਰਾਂ ਤੋਂ ਤੱਕਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਨਾਲ ਸੋਹਣੇ ਬਚਨ ਸੁਣਾਉਣ ਲੱਗੇ ਹਨ ਧੀਰਮਲ ਕੀ ਵਸਤ ਹਟਾਵਨ ਕੇ ਮੱਖਣਸ਼ਾ ਜੋ ਧੀਰਮਲ ਦੀਆਂ ਵਸਤੂਆਂ ਹਰਣਾ ਉਹ ਸਭ ਤੈਨੂੰ ਮੋੜ ਆਉਣ ਚ ਆਉਣੀਆਂ ਚਾਹੀਦੀਆਂ ਸਰਬਦਰਭ ਕੋਤ ਸਹਿ ਦੇਵਾਵਨ ਤੇ ਜਿਹੜਾ ਸਾਰਾ ਧਨ ਤੋਂ ਲਿਆਂਦਾ ਹੈ ਨਾ ਉਹਦੇ ਡੇਰਿਓ ਸਭ ਉਸ ਨੂੰ ਦੇਵਾ ਦੇ ਕਿਰਪਾ ਨਿਹਾਨ ਅਪਣ ਵਿਪਰਾਏ ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਜੋ ਆਪਣਾ ਜੋ ਸਿਧਾਂਤ ਹੈ ਆਪਣੇ ਹਿਰਦੇ ਦਾ ਜੋ ਖਿਆਲ ਹੈ ਦਸਣ ਲੱਗੇ ਹਨ ਮੱਖਣ ਸ਼ਾਹ ਨੂੰ ਕਹਿਓ ਚਹਤ ਸ਼ੁਭ ਮਤ ਦਰਸਾਏ ਸ੍ਰੇਸ਼ਟ ਮਤ ਦੇ ਕੇ ਔਰ ਸ੍ਰੇਸ਼ਟ ਮਾਰਗ ਦਰਸਾਉਣ ਵਾਸਤੇ ਬਚਨ ਸੁਣਾਉਣ ਲੱਗੇ ਦੋਹਰਾ ਸਤਗੁਣ ਸਗਰੇ ਗਿਆਨ ਯਤ ਕੇ ਭਾਈ ਮੱਖਣ ਸ਼ਾਹ ਸ੍ਰੇਸ਼ਟ ਗੁਣ ਸਭ અપਨਾ ਲੈਣੇ ਚਾਹੀਦੇ ਆ ਗਿਆਨ ਸਮੇਤ ਰਿਦਾ ਸਦਨ ਜਿਨ ਕੇਰ ਜਿਸ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਸ਼ੁਭ ਗੁਣਾਂ ਦੇ ਸਮੇਤ ਗਿਆਨ ਸਹਿਤ ਹੈ ਸਿੱਖ ਕੋ ਕਰਨ ਨਿਹਾਲ ਪੁਨ ਐਸੇ ਗੁਣਾਂ ਦੇ ਬਖਸ਼ਣ ਹਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਭਾਈ ਮੱਖਣ ਸ਼ਾਹ ਨੂੰ ਨਿਹਾਲ ਕਰਨ ਵਾਸਤੇ ਬੋਲੇ ਸਤਿਗੁਰ ਫੇਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਸੁਣਾਉਣ ਲੱਗੇ ਦੋਹਰਾ ਭੋ ਮੱਖਣ ਸਿਖ ਕਾਨ ਦੈ ਸੁਨਹੁ ਭਾਈ ਮੱਖਣ ਸ਼ਾ ਭੋ ਮੱਖਣ ਸਿਖ ਕਾਨ ਦੈ ਇਹ ਭਾਈ ਮੱਖਣ ਸ਼ਾ ਧਿਆਨ ਦੇ ਕਰਕੇ ਆਪਣੇ ਸ਼ਰਮਣਾ ਵਿੱਚ ਬਚਨ ਸੁਣਨਾ ਕਰ ਸੁਨਹੁ ਵਿਕਾਰ ਜੇ ਬ੍ਰਿੰਦ ਸੁਣਦਾ ਕਰਕੇ ਜਿਹੜੇ ਬਹੁਤੇ ਸਾਰੇ ਵਿਕਾਰ ਹਨ ਨਾ ਉਪਜਤ ਹੈ ਨਰ ਕੇ ਹਿਰਦੇ ਹਿਰਦੇ ਵਿੱਚ ਮਨੁੱਖ ਦੇ ਤਾਂ ਪੈਦਾ ਹੁੰਦੇ ਨੇ ਸੰਕਟ ਦੇਤ ਬਿਲੰਦ ਤੇ ਇਹ ਜਿਹੜੇ ਵਿਕਾਰ ਹੈ ਪੈਦਾ ਹੋ ਕੇ ਬਹੁਤਾ ਦੁਖੀ ਕਰਦੇ ਹਨ ਚੌਪਈ ਸੁਖ ਕੋ ਚਾਹਤ ਜਿਨ ਹੋ ਕਰਤ ਹੈ ਸੁਖ ਚਾਹੁੰਦਾ ਹੋਇਆ ਜਿੰਨਾ ਵਿਕਾਰਾਂ ਨੂੰ ਜੋ ਸੁਖ ਦੀ ਪ੍ਰਾਪਤੀ ਵਾਸਤੇ ਮਨ ਮੁਖ ਮਨੁੱਖ ਕਰਨ ਦਾ ਯਤਨ ਕਰਦਾ ਹੈ ਤਨਹੀਤੇ ਬੜ ਕਸ਼ਟ ਪਰਤ ਹੈ ਉਹਨਾਂ ਵਿਕਾਰਾਂ ਦੇ ਅਨੁਸਾਰ ਚੱਲ ਕੇ ਵਿਕਾਰਾਂ ਦੀ ਬਾਸ਼ਨਾ ਕਰਕੇ ਬਹੁਤਾ ਫਿਰ ਦੁਖੀ ਹੋਣਾ ਪੈਂਦਾ ਹੈ ਅਜ ਤੇ ਅਜ ਤੇਂਦਰੀ ਜਿਨਹੋ ਅਜ ਦੇ ਅਜ ਤੇਂਦਰੀ ਤਬ ਪਖੈ ਕੇ ਸੁਨਹਿ ਸੋ ਜਿਹੜੇ ਕੇ ਜਦੋਂ ਵੀ ਜਿਹੜਾ ਆਪਣੇ ਇੰਦਰੀਆਂ ਤੇ ਜਿੱਤ ਨਹੀਂ ਨਾ ਪ੍ਰਾਪਤ ਕਰ ਸਕਦਾ ਅਜ ਤੇਂਦਰੀ ਪਾਪ ਕੇ ਜਿਹੜਾ ਜਿੱਤ ਜਿੱਤਦਾ ਨਹੀਂ ਆ ਆਪਣੇ ਇੰਦਰੀਆਂ ਤੇ ਫਤਿਹ ਨਹੀਂ ਪਾ ਸਕਦਾ ਸੋ ਜਦੋਂ ਵੀ ਉਸ ਦੇ ਮਨ ਵਿੱਚ ਕਿਉਂਕਿ ਵਾਸ਼ਨਾ ਕਾਮਨਾ ਹੁੰਦੀ ਹੈ ਵਿਕਾਰਾਂ ਦੇ ਸੁਖ ਭੋਗਣ ਦੀ ਜਿਸ ਵੇਲੇ ਵੀ ਪਦਾਰਥਾਂ ਵੱਲ ਦੇਖਦਾ ਹੈ ਔਰ ਪਦਾਰਥਾਂ ਦੇ ਰਸ ਕਸ ਦੀ ਮਹਿਮਾ ਸੁਣਦਾ ਕਾਮ ਉਪਾਵਤ ਉਰ ਤਤ ਛਿਨ ਹੈ ਤਾਂ ਫਿਰ ਉਸ ਵੇਲੇ ਆਪਣੇ ਹਿਰਦੇ ਦੇ ਵਿੱਚ ਕਾਮ ਕਾਮਨਾ ਜਾਂ ਕਾਮ ਵਿਕਾਰ ਵਾਸ਼ਨਾ ਪੈਦਾ ਕਰ ਲੈਂਦਾ ਹੈ ਦੀਏ ਕੋ ਚਹਨ ਕਹਿਤ ਹੈ ਕਾਮ ਇਸਤਰੀਆਂ ਦੇ ਜਿਹੜੇ ਵਿਕਾਰਾਂ ਦੇ ਰਸ ਦੇ ਸੁਖ ਉਹ ਵੀ ਚਾਹੁੰਦਾ ਹੈ ਔਰ ਕਾਮ ਵਾਸ਼ਨਾ ਭੋਗਣੀ ਚਾਹੁੰਦਾ ਹੈ ਸਕਲ ਚਾਹ ਸੋ ਪੀ ਲਖਨਾਮ ਸੋ ਐਸੀਆਂ ਜਿਹੜੀਆਂ ਵਿਕਾਰਾਂ ਦੀਆਂ ਵਾਸ਼ਨਾ ਵਾ ਹਰਣਾ ਇਸ ਨੂੰ ਵੀ ਕਾਮ ਕਿਹਾ ਜਾਂਦਾ ਹੈ ਔਰ ਜਿਹੜੇ ਪਦਾਰਥਾਂ ਨੂੰ ਚਾਹਣਾ ਹੈ ਕਿ ਪਦਾਰਥਾਂ ਦਾ ਸੁਖ ਆਨੰਦ ਮੈਨੂੰ ਮਿਲਦਾ ਰਹੇ ਹੋਰ ਪਦਾਰਥ ਪ੍ਰਾਪਤ ਹੋ ਜਾਣ ਇਸ ਨੂੰ ਵੀ ਕਾਮ ਕਿਹਾ ਜਾਂਦਾ ਹੈ ਕਾਮਨਾ ਭਾਵ ਆਖਿਆ ਜਾਂਦਾ ਹੈ ਧਨ ਇਸਤਰੀ ਤੇ ਆਦ ਪਦਾਰਥ ਤੇ ਧਨ ਔਰ ਇਸਤਰੀ ਤੇ ਹੋਰ ਪਦਾਰਥਾਂ ਤੋਂ ਪਿਖ ਸੁਨ ਲੈべ ਚਾਹਤ ਸਵਾਰਥ ਧਨ ਜਦੋਂ ਧਨ ਦੀ ਵਡਿਆਈ ਸੁਣਦਾ ਹੈ ਇਸਤਰੀ ਦੇ ਰੰਗ ਰੂਪ ਦੀ ਮਹਿਮਾ ਸੁਣਦਾ ਹੈ ਇਸੇ ਪ੍ਰਕਾਰ ਪਦਾਰਥਾਂ ਦੀ ਉਪਮਾ ਸੁਣਦਾ ਹੈ ਵੇਖ ਸੁਣ ਕਰਕੇ ਆਪਣੇ ਹਿਰਦੇ ਵਿੱਚ ਆਪਣੇ ਵਾਸਤੇ ਪ੍ਰਾਪਤੀ ਕਰਨਾ ਚਾਹੁੰਦਾ ਹੈ ਜਬ ਹੈ ਲੈਨ ਹਿਤ ਕਾਮ ਉਠਾਵ ਤੈ ਜਦੋਂ ਆਪਣੇ ਹਿਰਦੇ ਵਿੱਚ ਚਾਹੁੰਦਾ ਹੈ ਕਿ ਇਹਨਾਂ ਪਦਾਰਥਾਂ ਦੀ ਮੈਨੂੰ ਪ੍ਰਾਪਤੀ ਹੋ ਜਾਵੇ ਉਸ ਵਾਸ਼ਨਾ ਨੂੰ ਕਾਮ ਕਾਮਨਾ ਕਿਹਾ ਜਾਂਦਾ ਹੈ ਤਹੇ ਪ੍ਰਤਬੰਧਕ ਜੋ ਦਰਸਾਵ ਤੈ ਉਸ ਦੀ ਕਾਮਨਾ ਜਿਹੜੀ ਹੈ ਪੂਰੀ ਹੋਣ ਵਿੱਚ ਜਿਹੜਾ ਕੋਈ ਵਿਗਨਕਾਰੀ ਉਸ ਨੂੰ ਨਜ਼ਰ ਆਵੇ ਕਿ ਸਾਡੀ ਕਾਮਵਾਸ਼ਨਾ ਜਾਂ ਸ਼ੁਭ ਜਿਹੜੀ ਕਾਮਨਾ ਹੈ ਅਸ਼ੁਭ ਉਸ ਨੂੰ ਪੂਰੀ ਕਰਨ ਵਿੱਚ ਵਿਗਨਕਾਰੀ ਵਿਗਨ ਪਾਉਣ ਵਾਲਾ ਹੈ ਜੋ ਉਸ ਨੂੰ ਨਜ਼ਰ ਆਉਂਦਾ ਤਬਹੇ ਕਰੋਧ ਮਨ ਮਾਹੇ ਉਪਾਵੇ ਤਾਂ ਫਿਰ ਜਿਹੜਾ ਵਿਕਾਰੀ ਹੈ ਜਾਂ ਕਾਮਨਾ ਕਰਨ ਵਾਲਾ ਹੈ ਮਨੁੱਖ ਉਹ ਆਪਣੇ ਮਨ ਦੇ ਵਿੱਚ ਬਹੁਤਾ ਕ੍ਰੋਧ ਪੈਦਾ ਕਰਦਾ ਹੈ। ਕਰਤਾ ਕਰਤ ਨਾ ਪੁਨ ਚਿਤ ਆਵੇ। ਫਿਰ ਜਦੋਂ ਉਸ ਦੇ ਮਨ ਵਿੱਚ ਜਿਹੜਾ ਕੋਈ ਰੋਕ ਲਗਾਉਣ ਵਾਲਾ ਹੋਵੇ ਉਹ ਦਿਸੇ ਤਾਂ ਉਸ ਪ੍ਰਤੀ ਬਹੁਤਾ ਜ਼ਿਆਦਾ ਕ੍ਰੋਧ ਪੈਦਾ ਹੁੰਦਾ ਹੈ। ਤੇ ਜੋਗ ਅਜੋਗ ਕਰਮ ਦੀ ਬੁਰੇ ਭਲੇ ਦੀ ਵਿਚਾਰ ਨਹੀਂ ਫੁਰਦੀ। ਉਹੇ ਕਰੋਧ ਬਸ ਕਰਤੁ ਕੋ ਕਰਮ ਤੇ ਇਸ ਤਰ੍ਹਾਂ ਆਪਣੇ ਚਿੱਤ ਵਿੱਚ ਉਸਦੇ ਖਿਆਲ ਨਹੀਂ ਕੋਈ ਆਉਂਦਾ ਕਿ ਬੁਰਾ ਕਿਹੜਾ ਹੈ ਕਰਮਾ ਇਸ ਦਾ ਬੁਰਾ ਫਲ ਮੈਨੂੰ ਦੁੱਖ ਮਿਲੇਗਾ ਮੈਨੂੰ ਭਲੇ ਦੀ ਵਿਚਾਰ ਕਰਨੀ ਚਾਹੀਦੀ ਹੈ ਉਹ ਕਰੋਧ ਬਸ ਹੋ ਕੇ ਕੋ ਕਰਮ ਕਰਨਾ ਚਾਹੁੰਦਾ ਹੈ ਬੁੱਧ ਸਭ ਨਾਸ ਹੈ त्याग ਹੈ ਧਰਮ ਤੇ ਧਰਮ ਛੱਡ ਦਿੰਦਾ ਹੈ ਤੇ ਉਸ ਦਾ ਬੁੱਧ ਬਲ ਖਤਮ ਹੋ ਜਾਂਦਾ ਹੈ ਜਬ ਨਰ ਕੋ ਉਰ ਕਰੋਧ ਉਪਾਏ ਜਦੋਂ ਜਿਹੜਾ ਕਾਮ ਵਾਸ਼ਨਾ ਦੀ ਪੂਰਤੀ ਕਰਨੀ ਚਾਹੁੰਦਾ ਹੈ ਜਾਂ ਕਾਮਨਾਵਾਂ ਜਿਸ ਦੇ ਹਿਰਦੇ ਵਿੱਚ ਬਹੁਤੀਆਂ ਜ਼ਿਆਦਾ ਪ੍ਰਬਲ ਨੇ ਚਾਹੁੰਦਾ ਹੈ ਕਿ ਮੇਰੀਆਂ ਇੱਛਾਵਾਂ ਜੋ ਵੀ ਹਨ ਉਹ ਪੂਰੀਆਂ ਹੋ ਜਾਣ ਇਸ ਤਰ੍ਹਾਂ ਜਿਹੜਾ ਆਪਣੇ ਹਿਰਦੇ ਵਿੱਚ ਕਰੋਧ ਪੈਦਾ ਕਰਦਾ ਕਿਸੇ ਪ੍ਰਤੀ ਕੋ ਅਸਪਾਪ ਜੋ ਕਰ ਨਾ ਸਕਾਏ ਫਿਰ ਜਿਹੜਾ ਕੋਈ ਵਿਦਨਕਾਰੀ ਉਸ ਨੂੰ ਦਿਸੇ ਕਿ ਉਹ ਮੇਰੇ ਰਾਹ ਦੀ ਰੁਕਾਵਟ ਬਣ ਰਿਹਾ ਉਸ ਨੂੰ ਖਤਮ ਕੀਤਾ ਜਾਵੇ ਉਸ ਵਾਸਤੇ ਉਸ ਨੂੰ ਖਤਮ ਕਰਨ ਲਈ ਕਿਹੜਾ ਹੈ ਐਸਾ ਪਾਪ ਜਿਹੜਾ ਉਹ ਕਰਨਾ ਨਹੀਂ ਚਾਹੁੰਦਾ ਮਾਤ ਪਿਤਾ ਗੁਰਦੇਵ ਮਹਾਨੇ ਪਾਪ ਕੇ ਸਭ ਤਰ੍ਹਾਂ ਦੇ ਪਾਪ ਉਹ ਮਨੁੱਖ ਕਰ ਸਕਦਾ ਹੈ ਜਿਹੜਾ ਵਾਸ਼ਨਾਵਾਂ ਦੇ ਅਧੀਨ ਹੋਵੇ ਉਸ ਨੂੰ ਮਾਤਾ ਪਿਤਾ ਦਾ ਵੀ ਸਤਕਾਰ ਹਿਰਦੇ ਵਿੱਚ ਨਹੀਂ ਕੋਈ ਰਹਿੰਦਾ ਤੇ ਨਾ ਹੀ ਉਹ ਪ੍ਰਕਾਸ਼ ਸਰੂਪ ਗੁਰੂ ਮਹਾਰਾਜ ਸਾਹਿਬ ਜੀ ਦਾ ਹੀ ਪਹਿਰ ਦੇ ਚ ਮੰਦਾ ਕਰਤ ਅਬੱਗਿਆ ਕਛੂ ਨ ਜਾਣੇ ਤੇ ਉਹ ਭਾਵੇਂ ਕਿ ਉਹਦੇ ਸਾਹਮਣੇ ਪੂਰੇ ਗੁਰੂ ਵੀ ਹੋਣ ਉਹਨਾਂ ਦੀ ਵੀ ਨਰਾਦਰੀ ਕਰਨ ਨੂੰ ਤਿਆਰ ਹੋ ਜਾਂਦਾ ਜਾਂ ਉਸ ਦੇ ਪਰਵਰਿਸ਼ ਕਰਾਉਣ ਵਾਲੇ ਪਾਲਣਾ ਕਰਨ ਵਾਲੇ ਮਾਤਾ ਪਿਤਾ ਵੀ ਹੋਣ ਤਾਂ ਉਹਨਾਂ ਦੀ ਵੀ ਨਰਾਦਰੀ ਕਰਨ ਨੂੰ ਉਹ ਅੱਗੇ ਉਤਸ਼ਾਹਤ ਹੁੰਦਾ ਜੋ ਹੈ ਅਬਦ ਬਦਹੈ ਤਨ ਤਾਈ ਤੇ ਇਸ ਪ੍ਰਕਾਰ ਜੋ ਹੈ ਅਬਦ ਬਦਹੈ ਤਨ ਤਾਈ ਜਿਹੜੇ ਨਾ ਮਾਰਨ ਯੋਗ ਹਨ ਉਹਨਾਂ ਨੂੰ ਮਾਰਨ ਦੀ ਉਹ ਕੋਸ਼ਿਸ਼ ਕਰਦਾ ਹੈ નિਸ਼ਠੁਰ ਬਾਕ ਕਹੈ ਸਮਦਾਈ ਇਹ ਸਭਨਾ ਦੇ ਪਰਥਾਏ ਉਹ ਬੜੇ ਹੀ ਕੌੜੇ ਬੋਲ ਬੋਲਣ ਤੋਂ ਵੀ ਸੰਕੋਚ ਨਹੀਂ ਕਰਦਾ ਉਸ ਦੇ ਮਨ ਵਿੱਚ ਭਲੇ ਬੁਰੇ ਬਾਬਤ ਵਿਚਾਰ ਨਹੀਂ ਫੁਰਦੀ ਕਿ ਇਹ ਕੌਣ ਹਨ ਇਹਨਾਂ ਦੇ ਨਾਲ ਸਾਨੂੰ ਕੋਈ ਜੋ ਬੁਰੇ ਬੋਲ ਪ੍ਰੋਧ ਵਾਸ ਹੋ ਕੇ ਨਹੀਂ ਬੋਲਨੇ ਚਾਹੀਦੇ ਸਵੈਸਾ ਸੰਕੋਚ ਨਹੀਂ ਕਰਦਾ ਉਪਜੇ ਕਰੋਧ ਅપર ਕਿਆ ਕਹਿਨੋ ਤੇ ਜਦੋਂ ਕਰੋਧ ਮਨ ਵਿੱਚ ਪੈਦਾ ਹੋ ਜਾਵੇ ਉਸ ਵੇਲੇ ਜਿਹੜਾ ਸੁਭਾਅ ਹੈ ਉਸ ਦੇ ਸੁਭਾਅ ਦੀ શ્રેਸ਼ਟਤਾ ਕੋਈ ਨਹੀਂ ਸੁਖੀਲ ਸੁਭਾਅ ਨਹੀਂ ਉਸ ਦਾ ਰਹਿੰਦਾ ਤੇ ਕਰੋਧੀ ਹੋਣ ਕਰਕੇ ਹੋਰ ਜਿਹੜੀਆਂ ਲਾਮਤਾਂ ਪੈਦਾ ਹੁੰਦੀਆਂ ਜਿਹੜੇ ਦੋਸ਼ ਪੈਦਾ ਹੁੰਦੇ ਹਨ ਉਹਨਾਂ ਬਾਰੇ ਕੀ ਦਸੀਏ ਪ੍ਰਾਨ ਬਿਨਾ ਸਹਿ ਜਾਏ ਨਾ ਸਹਿਨ ਇਥੋਂ ਤੱਕ ਕੇ ਉਹ ਪ੍ਰਾਣਾ ਦਾ ਵੀ ਅੰਤ ਕਰਨਾ ਚਾਹੁੰਦਾ ਦੂਸਰੇ ਦਾ ਵੀ ਤੇ ਔਰ ਆਪਣੇ ਵੀ ਪ੍ਰਾਣਾ ਦਾ ਅੰਤ ਕਰਨ ਨੂੰ ਤਿਆਰ ਹੋ ਜਾਂਦਾ ਉਸ ਦੇ ਕੋਲੋਂ ਜਿਹੜੀ ਕੰਮ ਕਾਮਨਾਵਾਂ ਦੀ ਇੱਛਾ ਹੈ ਨਾ ਜਾਂ ਜੋ ਜਿਹੜਾ ਕਿ ਕ੍ਰੋਧ ਜੋ ਉਸ ਨੂੰ ਪੈਦਾ ਹੋਇਆ ਉਸ ਦੇ ਪਾਸੋਂ ਜਰਿਆ ਨਹੀਂ ਜਾਂਦਾ ਆਨ ਸਮਾਨ ਨਾ ਪ੍ਰਾਨ ਹਾਨ ਕੈ ਇਸ ਲਈ ਜਿਹੜਾ ਕਿਸੇ ਦੇ ਪ੍ਰਾਣਾ ਦਾ ਅੰਤ ਕਰਨਾ ਐਸਾ ਜਿਹੜਾ ਜੋ ਅਪਰਾਧ ਹੈ ਇਸ ਗੁਨਾਹ ਦੇ ਬਰਾਬਰ ਹੋਰ ਕੋਈ ਵੱਡਾ ਗੁਨਾਹ ਨਹੀਂ ਸੋਪੀ ਕਰ ਹੈ ਅਜਾਨ ਜਾਣ ਕੇ ਉਹ ਅਨਜਾਨ ਬੇਸਮਝ ਜਾਣ ਬੁਝ ਕਰਕੇ ਸਮਝਦਾ ਹੋਇਆ ਵੀ ਕਿ ਇਹ ਜੋ ਕਿਸੇ ਨੂੰ ਮਾਰਨਾ ਹੈ ਬੜਾ ਬੁਰਾ ਕਰਮ ਹੈ ਪਰ ਫਿਰ ਵੀ ਉਹ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਜੇ ਕਰੋਧਤ ਹੋਏ ਬਸ ਨਹਿ ਚੱਲੈ ਤੇ ਜਿਹੜਾ ਕਰੋਧੀ ਹੋ ਜਾਵੇ ਉਹਦਾ ਕੋਈ ਆਪਣੇ ਆਪ ਤੇ ਵੀ ਬਸ ਨਹੀਂ ਚੱਲਦਾ ਔਰ ਮਹਿ ਤਪ ਤਹਿ ਕਾਮ ਨ ਮਿਲੈ ਜਦੋਂ ਕਿ ਉਹਦਾ ਵਾਸਨਾ ਚੱਲੇ ਹਿਰਦੇ ਵਿੱਚ ਬੜਾ ਦੁਖੀ ਹੁੰਦਾ ਹੈ ਤੇ ਉਸ ਦੀ ਕਾਮਨਾ ਜੇ ਪੂਰੀ ਨਹੀਂ ਹੁੰਦੀ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਤਹਿ ਦੁਖ ਤੇ ਨਹਿ ਕਰਹਿ ਆਹਾਰਾ ਤੇ ਉਸ ਕਰੋਧ ਦੇ ਦੁਖੀ ਕਰਨ ਕਰਕੇ ਇਨਾ ਦੁਖੀ ਹੋ ਜਾਂਦਾ ਹੈ ਕਿ ਉਹ ਭੋਜਨ ਵੀ ਨਹੀਂ ਸ਼ਕਦਾ ਛਕਣ ਛਕਾਉਣ ਵਿੱਚ ਵੀ ਉਸ ਦਾ ਮਨ ਨਹੀਂ ਲੱਗਦਾ ਨਿਸਮਹਿ ਨੀਂਦ ਨਾ ਪਾਏ ਦੁਖਾਰਾ ਤੇ ਇਨਾ ਦੁਖੀ ਹੁੰਦਾ ਹੈ ਕਿ ਰਾਤ ਨੂੰ ਉਸ ਨੂੰ ਸੌਣ ਕੇ ਨੀਂਦ ਵੀ ਨਹੀਂ ਪ੍ਰਾਪਤ ਹੁੰਦੀ ਦਿਵਸ ਜਾਮਨੀ ਹਮ ਤਪ ਤਾਵੇ ਤੇ ਰਾਤ ਦਿਨੇ ਇਸ ਤਰ੍ਹਾਂ ਤਪਦਾ ਸੜਦਾ ਹੀ ਰਹਿੰਦਾ ਗਰੋਧ ਦੀ ਅੱਗ ਕਰਕੇ ਅਨਕ ਭਾਂਤ ਸੰਕਲਪ ਉਠਾਵੈ ਤੇ ਅਨੇਕ ਤਰ੍ਹਾਂ ਦੇ ਫੁਰਨੇ ਉਠਾਉਂਦਾ ਰਹਿੰਦਾ ਚਿਤਵਣੀਆਂ ਚਿਤਵਦਾ ਰਹਿੰਦਾ ਗਿਣਤੀ ਗਿਨਹੈ ਨਾ ਔਰਕ ਆਵੈ ਤੇ ਜੋ ਸੋਚਾਂ ਸੋਚਦਾ ਰਹਿੰਦਾ ਹੈ ਨਾ ਉਸ ਦੀਆਂ ਸੋਚਾਂ ਦਾ ਕੋਈ ਅੰਤ ਨਹੀਂ ਆਉਂਦਾ ਹੋਰ ਸੋਚਾਂ ਫਿਕਰ ਜੋ ਚਿੰਤਾਵਾਂ ਹਨ ਉਸ ਦੀਆਂ ਵੱਧਦੀਆਂ ਹੀ ਜਾਂਦੀਆਂ ਅੰਤ ਓੜਕ ਨਹੀਂ ਆਉਂਦਾ ਹੈ ਏਵ ਕਸ਼ਟਮਹਿ ਬੈਸ ਬਿਤਾਵੈ ਇਸ ਤਰ੍ਹਾਂ ਉਹ ਜਿਹੜਾ ਕਾਮ ਵਾਸ਼ਨਾ ਦੇ ਅਧੀਨ ਰਹਿਣ ਵਾਲਾ ਜਾਂ ਹਰ ਵੇਲੇ ਕਾਮਨਾ ਕੋਈ ਨਾ ਕੋਈ ਇੱਛਾ ਜੋ ਆਪਣੇ ਚਿੱਤ ਵਿੱਚ ਪਦਾਰਥਾਂ ਦੀ ਬਣਾਈ ਰੱਖਣ ਵਾਲਾ ਹੈ ਉਹ ساری ਉਮਰ ਜਦੋਂ ਬਤੀਤ ਕਰਦਾ ਦੁੱਖਾਂ ਵਿੱਚ ਹੀ ਮਤਸਰ ਮਹਿਤ ਅਸੂਈਆ ਤਹਰੈ ਤੇ ਇਸ ਪ੍ਰਕਾਰ ਉਹ ਬਹੁਤੇ ਜ਼ਿਆਦਾ ਜੋ ਈਰਖਾ ਵਸ ਹੋ ਕੇ ਦੂਸਰਿਆਂ ਨਾਲ ਵੀ ਈਰਖਾ ਕਰਦਾ ਮਤਸਰੀ ਇਤਿਆਦਿਕ ਉਪਜਾਏ ਵਿਕਾਰ ਹੈ ਤੇ ਇਸ ਤਰ੍ਹਾਂ ਦੀ ਜੋ ਈਰਖਾ ਹੈ ਔਰ ਹੋਰ ਕਈ ਪ੍ਰਕਾਰ ਦੇ ਜਿਹੜੇ ਵਿਕਾਰ ਹਨ ਜੋ ਆਪਣੀਆਂ ਵਾਸ਼ਨਾਵਾਂ ਦੇ ਅਧੀਨ ਹੋਣ ਵਾਲੇ ਦੇਹ ਦੇ ਵਿੱਚ ਪੈਦਾ ਹੋ ਜਾਂਦੇ ਜਬ ਹੈ ਜਾਂ ਤੇ ਕਾਮ ਮੂਲ ਮਨ ਜਾਨ ਇਸ ਕਰਕੇ ਮਨ ਵਿੱਚ ਜਾਣ ਲੋ ਕਿ ਜਿਹੜੀ ਕਾਮਨਾ ਹੈ ਨਾ ਇਹੋ ਹੀ ਹੋਰ ਨਾ ਵਿਕਾਰਾਂ ਦੀ ਜੜ ਹੈ ਅਪਰ ਵਿਕਾਰ ਕਾਂਡ ਫਲ ਮਾਨ ਤੇ ਹੋਰ ਜਿਹੜੇ ਵਿਕਾਰ ਹਨ ਉਹਨਾਂ ਨੂੰ ਟਾਹਣੀਆਂ ਪਤਿਆਂ ਜਾਂ ਫਲਾਂ ਸਮਾਨ ਜਾਣਨਾ ਕਰੋ ਇਨਾਂ ਦੀ ਜਿਹੜੀ ਜੜ ਹੈ ਇਹ ਕਾਮਨਾਵਾਂ ਤੋਂ ਹੀ ਪੈਦਾ ਹੁੰਦੀ ਹੈ ਜਬ ਹੈ ਮੂਲ ਕੋ ਦੇਹ ਉਖੇਰ ਜੜੋਂ ਕੀ ਜੜ ਜੋ ਕਾਮਨਾ ਹੈ ਕਾਮਨਾ ਤੋਂ ਹੀ ਜਿਹੜੇ ਹੋਰ ਵਿਕਾਰ ਹਨ ਉਹ ਫੁਰਦੇ ਹਨ ਪੈਦਾ ਹੁੰਦੇ ਹਨ ਜਿਸ ਵੇਲੇ ਜਦੋਂ ਕਿ ਜੜ ਨੂੰ ਹੀ ਪੁੱਟ ਦਿੱਤਾ ਜਾਏ ਸ਼ਾਖਾ ਪੱਤਰ ਨਾ ਫਲ ਹੋਏ ਫੇਰ ਤੇ ਫੇਰ ਰੁੱਖ ਦੀਆਂ ਟਾਹਣੀਆਂ ਨਹੀਂ ਪੈਦਾ ਹੁੰਦੀਆਂ ਪੱਤੇ ਨਹੀਂ ਜੋ ਉਪਜਦੇ ਤੇ ਨਾ ਹੀ ਫਲ ਲੱਗਦੇ ਹਨ ਇਸ ਕਰਕੇ ਜੋ ਜੜ ਹੈ ਨਾ ਸਭ ਮੇ ਵਾਸ਼ਨਾਵਾਂ ਦੀ ਉਹ ਕਾਮਨਾ ਹੀ ਹੈ ਇਸ ਨੂੰ ਖਤਮ ਕਰਨਾ ਚਾਹੀਦਾ ਹੈ ਇਮ ਅਵਗੁਨ ਉਰਤੇ ਪਰ ਹਰੈ ਤੇ ਇਸ ਤਰ੍ਹਾਂ ਵਿਚਾਰ ਕਰਕੇ ਹਿਰਦੇ ਵਿੱਚੋਂ ਔਗਣਾ ਨੂੰ ਦੂਰ ਕਰ ਦੇਵੇ ਸਤਗੁਨ ਆਨ ਪਰਵੇਸ਼ਨ ਕਰੇ ਜਦੋਂ ਔਗਣਾ ਦਾ ਤਿਆਗ ਕਰੇ ਕਾਮਨਾ ਹਿਰਦੇ ਵਿੱਚੋਂ ਦੂਰ ਕਰ ਦੇਵੇ ਵਾਸ਼ਨਾ ਖਤਮ ਕਰ ਲਵੇ ਤਾ ਫਿਰ ਉਸ ਦੇ ਹਿਰਦੇ ਦੇ ਵਿੱਚ ਸ੍ਰੇਸ਼ਟ ਗੁਣ ਪ੍ਰਵੇਸ਼ ਹੋ ਜਾਂਦੇ ਹਨ ਕਰਨੀ ਛਿਮਾ ਮਹਾ ਤਪ ਜਾਨ ਇਸ ਲਈ ਭਾਈ ਮੱਖਣ ਸ਼ਾ ਜੋ ਖਿਮਾ ਕਰਨੀ ਹੈ ਨਾ ਇਹ ਵੱਡਾ ਤਪ ਸਮਝ ਛਿਮਾ ਕਰਨ ਹੀ ਦੇ ਬੋਦਾਨ ਤੇ ਖਿਮਾ ਕਰਨੀ ਜੋ ਹੈ ਇਹੋ ਸਮਝ ਕੇ ਬਹੁਤ ਵੱਡਾ ਦਾਨ ਦੇਣ ਦਾ ਫਲ ਖਿਮਾ ਕਰਨ ਵਾਲੇ ਨੂੰ ਮਿਲ ਜਾਂਦਾ ਹੈ ਛਿਮਾ ਸਕਲ ਤੀਰਥ ਅਸ਼ਨਾਨ ਤੇ ਜੋ ਖਿਮਾ ਕਰਦਾ ਹੈ ਉਹ ਜਾਣੋ ਕਿ ਸਾਰੇ ਤੀਰਥਾਂ ਦੇ ਇਸ਼ਨਾਨ ਵੀ ਉਸ ਨੇ ਕਰ ਲਏ 68 ਤੀਰਥਾਂ ਦੇ ਇਸ਼ਨਾਨ ਦਾ ਫਲ ਵੀ ਉਸ ਨੇ ਪ੍ਰਾਪਤ ਕਰ ਲਿਆ 68 ਤੀਰਥ ਸਗਲ ਪੁੰਨ ਜੀਵ ਦਇਆ ਪਰਵਾਨ ਸੋ ਇਸ ਪ੍ਰਕਾਰ ਜਿਹੜਾ ਖਿਮਾ ਕਰ ਦਿੰਦਾ ਕਿਸੇ ਨੂੰ ਮਾਫ ਕਰਦਾ ਏ ਉਹ ਬਹੁਤ ਵੱਡੀ ਤਪੱਸਿਆ ਖਿਮਾ ਕਰਤ ਨਰ ਕੀ ਕਲਿਆਣ ਤੇ ਇਹ ਜੋ ਖਿਮਾ ਹੈ ਇਸ ਦੁਆਰਾ ਹੀ ਐਸੀ ਸ਼ੁਭ ਗੁਣਾਂ ਦੁਆਰਾ ਹੀ ਮਨੁੱਖ ਦੀ ਕਲਿਆਣ ਮੁਕਤੀ ਹੁੰਦੀ ਹੈ ਖਿਮਾ ਸਮਾਨ ਆਨ ਗੁਣ ਨਹੀਂ ਇਸ ਲਈ ਖਿਮਾ ਬਹੁਤ ਵੱਡਾ ਗੁਣ ਹੈ ਭਾਈ ਮੱਖਣ ਸ਼ਾ ਇਸ ਵਰਗਾ ਹੋਰ ਕੋਈ ਗੁਣ ਨਹੀਂ ਜਾਂ ਤੇ ਖਿਮਾ ਤਰ ਹੋ ਮਨਮਾਹੀ ਇਸ ਲਈ ਆਪਣੇ ਮਨ ਵਿੱਚ ਖਿਮਾ ਦਾ ਗੁਣ ਧਾਰਨ ਕਰਕੇ ਰੱਖੋ ਸਤ ਗੁਣ ਕੋ ਨਹਿ ਤਿਆਗਨ ਕੀਜੈ ਜਿਹੜੇ ਸ੍ਰੇਸ਼ਟ ਗੁਣ ਹਨ ਉਹਨਾਂ ਨੂੰ ਕਦੇ ਵੀ ਤਿਆਗਣਾ ਛੱਡਣਾ ਨਹੀਂ ਚਾਹੀਦਾ ਸਦਾ ਰਜੈ ਮਹਿ ਇਸ ਥਿਰ ਕੀਜੈ ਇਸੇ ਐਸੇ ਜਿਹੜੇ ਸ੍ਰੇਸ਼ਟ ਸ਼ੁਭ ਗੁਣ ਨੇ ਸਤ ਸੰਤੋਖ ਦਇਆ ਧਰਮ ਤੀਰਜ ਖਿਮਾ ਵਿਚਾਰ ਆਦਿਕ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਣੇ ਚਾਹੀਦੇ ਐ ਭਾਈ ਮੱਖਣ ਸ਼ਾਹ ਜੀ ਪ੍ਰਥਾਏ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੋ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਹੜੇ ਅਪਰਾਧੀ ਲੋਕ ਹਨ ਜੋ ਨਿਰਾਦਰ ਹੀ ਕਰ ਰਹੇ ਨੇ ਉਹਨਾਂ ਵੱਲੋਂ ਕੀਤੀ ਜਾਂਦੀ ਨਿਰਾਦਰੀ ਦਾ ਜੋ ਯਤਨ ਹੈ ਸੋ ਸਮਝ ਕੇ ਆਪਣੇ ਚਿੱਤ ਵਿੱਚ ਕਿ ਇਹਨਾਂ ਨੂੰ ਆਪਣੇ ਕੀਤੀ ਦਾ ਫਲ ਸਮੇਂ ਅਨਸਾਰ ਮਿਲਣਾ ਹੈ ਉਹ ਆਪਣੇ ਹਿਰਦੇ ਵਿੱਚ ਜੜ ਲੈਣਾ ਚਾਹੀਦਾ ਹੈ ਜੇ ਪਦਾਰਥਾਂ ਦੇ ਲੋਭੀਆਂ ਨੇ ਪਦਾਰਥ ਲੁੱਟ ਲਏ ਹੈ ਤਾਂ ਉਹਨਾਂ ਨੂੰ ਮੁਆਫ ਕਰਦੇ ਹੋ ਸੋ ਇਹ ਖਿਮਾ ਦਾ ਗੁਣ ਭਾਈ ਮੱਖਣਸ਼ਾਹ ਧਾਰਨ ਕਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਐਵੇਂ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਥੋਂ ਤੱਕ ਜਿਵੇਂ ਸਾਧ ਸੰਗਤ ਜੋ ਪ੍ਰਸੰਗ ਦੀ ਵਿਚਾਰ ਹੋਈ ਹੈ ਅੱਗੇ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਘਰ ਵਿੱਚ ਮਾਤਾ ਜੀਆਂ ਪਰਥਾਏ ਔਰ ਹੋਰ ਵੀ ਜੋ ਬਚਨ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਸਿੱਖਾਂ ਸੇਵਕਾਂ ਪਰਥਾਏ ਉਪਦੇਸ਼ ਦੇ ਸੁਣਾਉਣੇ ਹਨ ਉਹ ਅੱਗੇ ਕਥਾ ਵਿੱਚ ਸਰਵਣ ਕਰਨੇ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਸੁਣਾਉਂਦਿਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਔਰ ਅਗਾਹ ਵਾਸਤੇ ਗਰੀਬ ਨਿਵਾਸ ਸਚੇ ਪਾਤਸ਼ਾਹ ਮਕਸ਼ਣ ਹਾਰ ਹੋ ਅੱਗੇ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਮਤ ਬਖਸ਼ਿਸ਼ ਕਰਨ ਜੀ ਛਿਮਾ ਸਮਾਨ ਆਨ ਗੁਣ ਨਹੀਂ ਜਾਂ ਤੇ ਛਿਮਾ ਤਰ ਹੋ ਮਨ ਮਾਹੀ ਸਦਗੁਣ ਕੋ ਨਹਿ ਤਿਆਗਨ ਕੀਜੈ ਸਦਾ ਰ ਸਦਾ ਰ ਦੈਮ ਹੈ ਇਸ ਥਿਰ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ